ਗੋਲੀ ਆਰਪਾਰ ਹੋਈ ਬਾਹ ਚੋਂ ਉਹ ਗੋਲੀ ਜਾ ਕੇ ਦਾਦੇ ਦੇ ਵੀ ਵੱਜ ਸਕਦੀ ਸੀ ਜੱਡਾ ਲੰਗਰ ਲੱਗਿਆ ਹੋਇਆ ਜੀ ਅਸੀਂ ਸੇਵਾ ਕਰ ਰਹੇ ਸੀ ਪਾਣੀ ਦੀ ਸੇਵਾ ਕਰ ਰਹੇ ਸੀ ਉੱਥੇ ਜਿੰਨ ਅਥਰੂ ਗੈਸ ਮਾਰ ਰਹੇ ਸੀ ਅਸੀਂ ਉਹਨਾਂ ਨੂੰ ਪਾਣੀ ਵਰਤਾਰੇ ਸੀ ਇਹਨਾਂ ਦੇ ਸਾਹ ਬੰਦ ਹੋ ਗਏ ਹੋ ਜਾਂਦੇ ਜੀ ਉਹਨੂੰ ਪਾਣੀ ਬਤਾਦੇ ਮੇਰੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਅਥਰੂ ਗੈਸ ਦੇ ਕਰਕੇ ਤੁਸੀਂ ਉਹਨਾਂ ਨੂੰ ਪਾਣੀ ਦੀ ਸੇਵਾ ਕਰ ਰਹੇ ਸੀ ਸੇਵਾ ਕਰ ਰਹੇ ਸੀ ਜੀ ਬੇਰੀ ਮੇਰੇ ਹੀ ਬਾਜ ਬਾਜੇ ਸਿੱਧੀ ਗੋਲੀ ਮਾਰੀ ਔਰ ਪਰ ਹੋ ਗਈ ਬਾਂਦੀ ਜਦ ਜੀ ਸਾਨੂੰ ਗੋਲੀ ਵੱਜੀ ਮੈਨੂੰ ਪਤਾ ਨਹੀਂ ਲੱਗਿਆ ਜੀ ਮੈਂ ਇੱਕਦਮ ਨੀਚੇ ਬਹਿ ਗਿਆ ਜੀ ਜਿਵੇਂ ਮੈਨੂੰ ਐਂਬੂਲੈਂਸ ਚੱਕ ਕੇ ਲੈ ਗਈ ਵਸੇ ਇਥੇ ਹੀ ਰਾਜਪੁਰਾ ਹਸਪੀਟਲ ਜੀ ਥੋੜੇ ਆਲੇ ਦੋਲੇ ਰੌਲਾ ਪੈ ਗਿਆ ਸੀ ਔਰ ਤੁਹਾਨੂੰ ਐਂਬੂਲੈਂਸ ਚੁੱਕ ਕੇ ਉਥੋਂ ਮੌਕੇ ਤੋਂ ਲੈ ਗਈ ਸੀ ਹਾਂਜੀ ਕੀ ਉਹਨੇ ਟਾਂਕੇ ਦੱਬ ਕੇ ਦੇਖੇ ਨੇ ਜੀ ਉਹ ਕਰ ਵੀ ਚੀਰ ਫਾੜ ਕਰੀ ਆਈ ਬਾਂਦੀ ਗੁਲੂ ਗੋਸ ਲਈ ਬਾਤੇ ਹੀ ਬਾਕੀ ਕੀ ਕੀਤੀ ਉਹਨਾਂ ਨੇ ਹੀ ਬਾਕੀ ਮੇਰੀ ਉਂਗਲਾਂ ਨਹੀਂ ਚੱਲਦੀਆਂ ਜੀ ਹੁਣ ਜੀ ਹੈ ਜੀ ਉਹ ਕਰੇ ਜੇ ਨਾ ਚੱਲੀਆਂ ਫੇਰ ਹੋਊਗੀ ਬਾਦੀ ਹਾਲ ਦੀ ਘੜੀ ਤੁਹਾਡੀਆਂ ਉਂਗਲਾਂ ਚੱਲਦੀਆਂ ਨਹੀਂ ਪਈਆਂ ਔਰ ਉਹ ਕਹਿੰਦੇ ਹੈਗੇ ਜੇ ਇਹ ਨਾ ਚੱਲੀਆਂ ਤੇ ਦੁਬਾਰਾ ਸਰਜਰੀ ਹੋਏਗੀ ਕੋਈ ਇਖਤਾਰ ਨਹੀਂ ਕਰਾਂਗੇ ਬੰਦਾ ਤੁਸੀਂ ਉੱਥੇ ਮੌਕੇ ਤੇ ਸੀਗੇ ਇਹਦੀ ਬਾਹਾਂ 'ਚ ਉਹ ਗੋਲੀ ਜਿਹੜੀ ਨਿਕਲੀ ਉਹ ਤੁਹਾਡੇ ਵੀ ਵੱਜ ਸਕਦੀ ਸੀਗੇ ਹਾਂ ਜੀ ਬਿਲਕੁਲ ਮੈਂ ਪੁੱਤਾਂ ਮੇਰਾ ਛੋਟੀ ਉਮਰ ਦਾ ਮੈਂ ਇਸਕੇ ਗੈਲ ਗਿਆ ਨਾਲ ਗਿਆ ਬਾਕੀ ਸੇਵਾ ਕਾਰਜ ਤੇ ਮੇਰੇ ਗੋਡਿਆਂ ਚ ਦਰਦ ਜ ਤੁਰ ਨਹੀਂ ਸਕਦਾ ਮੈਂ ਇਸ ਨੂੰ ਕੱਲਾ ਛੱਡਦਾ ਨਹੀਂ ਪਿਆਰਾ ਪਿਆਰਾ ਮੇਰਾ ਪੁੱਤ ਆ ਬਾਕੀ ਮੇਰੇ ਹੁੰਦੇ ਹੀ ਮੇਰੇ ਸਾਹਮਣੇ ਗੋਲੀ ਆਈ ਪਿੱਛੋਂ ਮਗਰੋਂ ਇਹਦੇ ਬਾਹਵਾਂ ਚ ਆਰ ਪਾਰ ਹੋ ਗਈ ਬਾਕੀ ਇਹਨੂੰ ਪਤਾ ਲੱਗਿਆ ਨਹੀਂ ਜਦ ਲਹੂ ਲਹਾਨ ਹੋ ਗਿਆ ਫਿਰ ਦੇਖਿਆ ਸੀ ਵੀ ਉਹ ਤਾਂ ਲਹੂ ਲਹਾਨ ਹੋ ਗਿਆ ਤੇ ਡਿੱਗ ਗਿਆ ਪੁੱਤ ਨਹੀਂ ਹੈਗਾ ਪੋਤਾ ਆ ਇੱਕ ਬੁਲੇਟ ਜੇ ਇਧਰੋਂ ਲੰਘ ਕੇ ਉਹੀ ਬੁਲੇਟ ਜਦੋਂ ਪੈਨੇਟ੍ਰੇਟ ਕਰਕੇ ਪਤਾ ਨਹੀਂ ਕਿੱਥੇ ਆਪਦਾ ਜਿਹੜਾ ਉਹਦਾ Aim ਹੈ ਚਲਾ ਗਿਆ ਉਹੀ ਗੋਲੀ ਇਹਨਾਂ ਦੇ ਵੀ ਵੱਜ ਸਕਦੀ ਸੀ ਸੇਮ ਇੱਕ ਗੋਲੀ ਦੇ ਨਾਲ ਦੋ ਨਸਲਾਂ ਇੱਕ ਪੂਰੀ ਦੀ ਪੂਰੀ ਨਸਲ ਖੁਸ਼ੀ ਹੋਰ ਕਿਹਨੂੰ ਕਹਿੰਦੇ ਆ ਕਰਿਆ ਕਰਿਆ ਕੁੰਨ ਮੱਟਾ ਬਣ ਕੇ ਪੰਜਾਬ ਦਾ ਸੀਐਮ ਬੈਠਾ ਬਹੁਤ ਬਹੁਤ ਟੈਨਸ਼ਨ ਰਹਿੰਦੀ ਹੈ ਮੈਂ ਹੌਸਪੀਟਲ ਦੇ ਦੇ ਨਾਲ ਰਹਾ ਮੈਂ ਆਪਣਾ ਬੀਪੀ ਚੈੱਕ ਕਰਿਆ 200 ਬੀਪੀ ਦਾ ਮੇਰਾ ਹੋਇਆ ਟੈਨਸ਼ਨ ਬਹੁਤ ਜ਼ਿਆਦਾ ਸਾਰੀ ਰਾਤ ਇਹ ਉੱਥੇ ਸੌਂਦਾ ਨਹੀਂ ਦਾ ਇਹ ਤਾਂ ਚੱਲ ਮਰੀਜ਼ ਤੇ ਫਟੜ ਦੇ ਪਏ ਮੈਂ ਇਹ ਤੇ ਵੀ ਜ਼ਿਆਦਾ ਤੰਗ ਹੋ ਗਿਆ ਕਿਸੇ ਨੇ ਲਿਖਿਆ ਕਿ ਜ਼ਰਾ ਇਹ ਧੂਪ ਢਲੇਗੀ ਤਾਂ ਪੁੱਛੇਗੇ ਹਾਲ ਤੁਹਾਡਾ ਕੁਝ ਸਾਏ ਖੁਦ ਕੋ ਇਹਾਂ ਪੇ ਖੁਦਾ ਬਤਾਤੇ ਹੈ ਆਪਣੇ ਆਪ ਨੂੰ ਰੱਬ ਮੰਨਣ ਲੱਗ ਪਈਆਂ ਸਰਕਾਰਾਂ ਇਹ ਐਵੀਡੈਂਸ ਜਿਹੜਾ ਹੈਗਾ ਉਹਨੂੰ ਪ੍ਰਿਜ਼ਰਵ ਕਰੋ ਕਰੇਗਾ ਕੌਣ ਪੰਜਾਬ ਸਰਕਾਰ ਤਾਂ ਸੁੱਤੀ ਵੀ ਪੰਜਾਬ ਪੁਲਿਸ ਸੁੱਤੀ ਪਈ ਆ ਜਦੋਂ ਦੇਖਦੇ ਆ ਵੀ ਹਾਂ 10 20 ਸਾਲ ਟੱਪ ਗਏ ਆ ਸੋਹਣੇ ਸੋਹਣੇ ਮੁੰਡੇ ਆ ਗਏ ਰੰਗ-ਬਰੰਗੀਆਂ ਪੱਗਾਂ ਬੰਦਿਆ ਦਮਾਲੇ ਸਜਾਉਂਦੇ ਆ ਇਹ ਸਾਡਾ ਇਹ ਪਲਾਨ ਵੇ ਦੇ ਨਾਲ ਕਰਨ ਲੱਗ ਜਾਂਦੇ ਆ ਕੰਬਦੇ ਆਣਾ ਫਿਰ ਤੁਸੀਂ ਹੁਣ ਬਲਾਂ ਦੇਖੋ ਉਸ ਨੌਜਵਾਨ ਦੀਆਂ ਭਾਈ ਜਗਤਾਰ ਸਿੰਘ ਹਵਾਰੇ ਤੋਂ ਮੈਂ ਸਿਗਨੇਚਰ ਲਿਆ ਮੈਂ ਉਦੋਂ ਵੀ ਇਹੀ ਦੇਖਿਆ ਹੁਣ ਵੀ ਕਿਸੇ ਉਹਦੇ ਨਾਲ ਕੰਪੇਅਰ ਕਰ ਰਿਹਾ ਜਿਹੜਾ ਬੈਠਾ ਉਹਦੇ ਤੇ ਮੈਂ ਤੁਹਾਨੂੰ ਪ੍ਰੋਪਰ ਡਾਟਾਸ ਦੇ ਦੇਣਾ ਮੈਂ ਸੱਚ ਬੋਲਣ ਦੀ ਹਿੰਮਤ ਰੱਖਦਾ ਤੁਸੀਂ ਦਿਖਾਉਣ ਦੀ ਹਿੰਮਤ ਰੱਖਿਆ ਜੇ ਵੀ ਤੁਸੀਂ ਉਹ ਕਮੀਜ਼ ਹਾਲੇ ਤੱਕ ਸਾਂਭ ਕੇ ਰੱਖੀ ਹੈ ਜਿਸ ਕਰਨ ਦੀ ਜਿਹਦੇ ਚੋ ਸਰਾਖ ਹੋਇਆ ਗੋਲੀ ਆਰਪਾਰ ਹੋਈ ਹੈ ਕਿਉਂ ਸੰਭੀ ਰਹੀ ਹੈ ਤੁਸੀਂ ਤੁਹਾਨੂੰ ਵੇਖ ਕੇ ਘਬਰਾਟ ਨਹੀਂ ਹੁੰਦੀ ਉਹਨੂੰ ਕਮੀਨ ਘਬਰਾਟ ਕਾ ਇਹਦਾ ਅੰਦੋਲਨ ਕੀ ਨਿਸ਼ਾਨੀ ਰੱਖਾਂਗੇ ਨੋਬਲ ਨਕਨ ਨਿਸ਼ਾਨੀ ਆ ਵੀ ਮੇਰੇ ਪੁੱਤ ਦੇ ਗੋਲੀ ਲੱਗੀ ਹੈ ਸਬੂਤ ਰੱਖਾਂਗੇ ਤੁਸੀਂ ਉੱਥੇ ਗਏ ਹੋ ਤੁਸੀਂ ਦੇਖਿਆ ਕਿ ਤੁਹਾਡੇ ਕੋਈ ਚੀਜ਼ ਸੁਰਾਖ ਬਣਿਆ ਹੋਇਆ ਬਾਹ ਦੇ ਉੱਤੇ ਤੁਹਾਨੂੰ ਅੰਦਾਜ਼ਾ ਸੀਗਾ ਕਿ ਗੋਲੀ ਨਿਕਲੀ ਹੈ ਹਾਂ ਜੀ ਫਿਰ ਪਤਾ ਲੱਗਿਆ ਜਦੋਂ ਉੱਥੇ ਪੱਟੀ ਖੋਲੀ ਜੀ ਵੀ ਗੋਲੀ ਵੱਜੀ ਆਰ ਪਾਰ ਹੋਇਆ ਜੀ ਪਹਿਲਾਂ ਤਾਂ ਮੈਨੂੰ ਇੱਕ ਜਿਹਾ ਨਿਖਾਈ ਬਾਹ ਚੀ ਫਿਰ ਨੀਚਲਾ ਬਾਅਦ ਚੜੀ ਚਾਈ ਉੱਤੇ ਜਾ ਕੇ ਜੀ ਦੋਸਤੋ ਹਾਲੇ ਵੀ ਜੇ ਤੁਸੀਂ ਇਹਦੀ ਇੰਟੈਂਸਿਟੀ ਨਹੀਂ ਸਮਝ پا ਰਹੇ ਹੋ ਇਸ ਮਾਮਲੇ ਦੀ ਤਾਂ ਫਿਰ ਤੁਸੀਂ ਕਦੀ ਨਹੀਂ ਸਮਝ ਪਾਉਂਗੇ ਕਿਉਂਕਿ ਤੁਸੀਂ ਇੱਕ ਪਹਿਲੇ ਮੁੰਡਾ ਗਵਾ ਚੁੱਕੇ ਹੋ ਸ਼ੁਭਕਰਨ ਉਸ ਤੋਂ ਪਹਿਲਾਂ 13 ਤਰੀਕ ਨੂੰ ਇਹਦੇ ਗੋਲੀ ਵੱਜੀ ਜਸਕਰਨ ਦੇ ਇਹ ਗੋਲੀ ਬਾਹ ਦੀ ਥਾਂ ਤੇ ਜੇ ਕਿਤੇ ਹੋਰ ਟਿਕਾਣੇ ਤੇ ਵੱਜ ਜਾਂਦੀ ਤਾਂ ਇਹਦੀਆਂ ਖਬਰਾਂ ਚੱਲ ਰਹੀਆਂ ਹੋਣੀਆਂ ਸੀਗੀਆਂ ਕਿ ਅਸੀਂ ਜਸ ਕਰਨ ਗਵਾ ਬੈਠੇ ਫਿਰ ਖਨੌਰੀ ਤੇ ਅਸੀਂ ਸ਼ੁਭ ਕਰਨ ਗਵਾ ਗਵਾ ਬੈਠੇ ਕਹਨ ਲਿਖਿਆ ਕਿ ਜਰਾ ਇਹ ਧੂਪ ਢਲੇਗੀ ਤਾਂ ਪੁੱਛेंगे ਹਾਲ ਤੇਰਾ ਕੁਝ ਸਾਇਏ ਖੁਦ ਕੋ ਯਹਾਂ ਪੇ ਖੁਦਾ ਬਤਾਤੇ ਆਂ ਆਪਣੇ ਆਪ ਨੂੰ ਰੱਬ ਮੰਨਣ ਲੱਗ ਪਈਆਂ ਸਰਕਾਰਾਂ ਔਰ ਤਸ਼ੱਦਦ ਇਸ ਕਦਰ ਐ ਕਿ ਜਵਾਨਾਂ ਦੀ ਜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਉਹਨਾਂ ਨੂੰ ਕਦਰ ਨਹੀਂ ਹੈਗੀ ਐ ਤੁਸੀਂ ਖਬਰਾਂ ਦੇ ਵਿੱਚ ਲਗਾਤਾਰ ਸ਼ੁਭਕਰਨ ਦਾ ਜ਼ਿਕਰ ਸੁਣਦੇ ਪਏ ਹੋ ਔਰ ਮੱਥੇ ਦੇ ਵਿੱਚੋਂ ਉਹਨਾਂ ਦੇ ਗੋਲੀ ਨਿਕਲਦੀ ਐ ਖਨੋਰੀ ਬਾਰਡਰ ਤੇ ਔਰ ਮੁੰਡਾ ਮੌਕੇ ਤੇ ਦਮ ਤੋੜ ਦਿੰਦਾ ਮੈਂ ਸ਼ੁਭ ਕਰਨ ਦਾ ਜ਼ਿਕਰ ਕੀਤਾ ਲੇਕਿਨ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਜਸਕਰਨ ਨਾਲ ਕੀ ਵਾਪਰੀ ਹੈ ਜਸਕਰਨ ਦਸਵੀਂ ਦੇ ਵਿੱਚ ਪੜਦਾ ਮਹਿਜ 18 ਸਾਲ ਦੀ ਉਮਰ ਉਮਰ ਹੈ ਉਹਦੀ ਔਰ ਲੰਗਰ ਦੀ ਸੇਵਾ ਕਰ ਰਿਹਾ ਸੀਗਾ ਸ਼ੰਭੂ ਬਾਰਡਰ ਤੇ ਗੋਲੀ ਬਾਹ ਦੇ ਵਿੱਚੋਂ ਆਰ ਪਾਰ ਹੋਈ ਦਾਦੇ ਦੇ ਹੱਥ ਦੇ ਵਿੱਚੋਂ ਕਮੀਜ਼ ਵੀ ਹੈਗੀ ਔਰ ਸਾਂਭ ਕੇ ਰੱਖੀ ਹੋਈ ਹੈ ਔਰ ਉਸ ਦਾਦੇ ਤੇ ਕੀ ਬੀਤਦੀ ਹੋਏਗੀ ਜਿਸ ਦਾ ਆਪਣਾ ਮੁੰਡੇ ਦੀ ਜਿਹੜੀ ਮੌਤ ਹੈ ਉਹ 2012 ਦੇ ਵਿੱਚ ਹੋ ਗਈ ਹੈ ਔਰ ਕੱਲਾ ਕੱਲਾ ਪੋਤਰਾ ਹੈਗਾ ਨਾਲ ਪੋਤਾ ਨਾਲ ਹੈ ਸਰਜਰੀ ਹੋਈ ਹੈ ਗੋਲੀ ਆਰਪਾਰ ਹੋਈ ਬਾਹਾਂ ਚ ਉਹ ਗੋਲੀ ਜਾ ਕੇ ਦਾਦੇ ਦੇ ਵੀ ਵੱਜ ਸਕਦੀ ਸੀ ਔਰ ਮੌਕੇ ਤੇ ਹਾਲਾਤ ਜੋ ਬਣੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਦੇ ਆ ਵਕੀਲ ਗੁਰਮੋਹਨ ਪ੍ਰੀਤ ਸਿੰਘ ਜੀ ਮੇਰੇ ਨਾਲ ਹੈਗੇ ਨੇ ਔਰ ਕਿਸ ਤਰੀਕੇ ਦੇ ਨਾਲ ਕੀ ਮੰਗਾ ਨੇ ਕਿਉਂਕਿ ਮੰਗਾ ਸ਼ੁਭ ਕਰਨ ਦੇ ਕੇਸ ਦੇ ਵਿੱਚ ਤਾਂ ਚਲੋ ਸਰਕਾਰ ਨੇ ਕਿਹਾ ਕਿ ਜੋ ਜੋ ਮੰਗਾ ਹੈਗੀਆਂ ਨੇ ਅਸੀਂ ਪੂਰੀਆਂ ਕਰਾਂਗੇ ਲੇਕਿਨ ਇਹ ਮੁੰਡਾ ਜਿਹੜਾ ਆਪਣੇ ਵਕਾਲਤਨਾਮੇ ਦੇ ਉੱਤੇ ਸਾਈਨ ਤੱਕ ਨਹੀਂ ਕਰ ਸਕਦਾ ਕਿ ਉਹ ਲੀਗਲ ਬੈਟਲ ਲੜੇਗਾ ਕਿਵੇਂ ਉਹਨਾਂ ਦੇ ਦਾਦਾ ਜੀ ਸਾਡੇ ਨਾਲ ਨੇ ਹਰਨੇਕ ਜੀ ਸਾਬਕਾ ਸਰਪੰਚ ਪਿੰਡ ਦੇ ਸਾਡੇ ਨਾਲ ਨੇ ਗੁਰਮੋਹਨਪ੍ਰੀਤ ਸਿੰਘ ਜੀ ਮੇਰੇ ਨਾਲ ਨੇ ਗੱਲਬਾਤ ਕਰਨਗੇ ਜਿਸ ਕਾਰਨ ਪਹਿਲੇ ਮੇਰੇ ਨਾਲ ਜੋ ਲੋਕ ਜੁੜੇ ਹੋਏ ਆ ਸਾਡੇ ਨਾਲ ਉਹਨਾਂ ਨੂੰ ਇਹ ਦੱਸੋ ਕਿ ਤੁਸੀਂ ਉੱਥੇ ਜਦੋਂ ਸ਼ੰਭੂ ਬਾਰਡਰ ਤੇ ਸਿਗੇ ਮੌਜੂਦ ਕੀ ਹੋਇਆ ਸੀਗਾ ਔਰ ਤੁਸੀਂ ਮੌਕੇ ਤੇ ਕੀ ਕਰ ਰਹੇ ਸੀ ਜੀ ਮੇਰਾ ਨਾਮ ਜਸਕਰ ਸਿੰਘ ਹੈ ਅਸੀਂ ਉੱਥੇ ਵੱਡਾ ਲੰਗਰ ਲੱਗਿਆ ਹੋਇਆ ਜੀ ਅਸੀਂ ਸੇਵਾ ਕਰ ਰਹੇ ਸੀ ਪਾਣੀ ਦੀ ਸੇਵਾ ਕਰ ਰਹੇ ਸੀ ਉੱਥੇ ਜਿੰਨ ਅਥਰੂ ਗੈਸ ਮਾਰ ਰਹੇ ਸੀ ਅਸੀਂ ਉਹਨਾਂ ਨੂੰ ਪਾਣੀ ਵਰਤਾ ਰਹੇ ਸੀ ਇਹਨਾਂ ਦੇ ਸਾਹ ਬੰਦ ਹੋ ਗਏ ਹੋ ਜਾਂਦੇ ਜਦ ਨੂੰ ਪਾਣੀ ਬਤਾਦੇ ਮੇਰੇ ਜਿੰਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਅਥਰੂ ਗੈਸ ਦੇ ਕਰਕੇ ਤੁਸੀਂ ਉਹਨਾਂ ਨੂੰ ਪਾਣੀ ਦੀ ਸੇਵਾ ਕਰ ਰਹੇ ਸੀ ਜੀ ਸੇਵਾ ਕਰ ਰਹੇ ਸੀ ਫੇਰੀ ਮੇਰੇ ਹੀ ਬਾਜ ਬਾਜੇ ਸਿੱਧੀ ਗੋਲੀ ਮਾਰੀ ਹਰ ਪਰ ਹੋ ਗਈ ਵਾਂਦੀ ਜਦੋਂ ਤੁਹਾਡੇ ਗੋਲੀ ਵੱਜੀ ਉਸ ਵਕਤ ਮੌਕੇ ਤੇ ਕੀ ਹਾਲਾਤ ਸੀਗੇ ਔਰ ਕਿੰਨੀ ਕੀ ਦੂਰੀ ਤੇ ਸੀਗੇ ਤੁਸੀਂ ਬਾਰਡਰ ਤੋਂ ਬਾਰਡਰ ਤੇ ਤਾਂ ਹੀ ਬਹੁਤ ਦੂਰੀ ਤੇ 4-5 ਕਿਲੋਮੀਟਰ ਦੀ ਦੂਰੀ ਸੀ 4 ਕਿਲੋਮੀਟਰ ਦੀ ਔਰ ਜਦੋਂ ਗੋਲੀ ਵੱਜੀ ਉਦੋਂ ਤੁਸੀਂ ਜਿਵੇਂ ਪਹਿਲਾਂ ਦੱਸ ਰਹੇ ਸੀਗੇ ਕਿ ਤੁਹਾਨੂੰ ਉਸ ਟਾਈਮ ਤੇ ਪਤਾ ਨਹੀਂ ਲੱਗਾ ਕੀ ਉਥੋਂ ਸਿਚੁਏਸ਼ਨ ਕੀ ਸੀਗੀ ਇਹ ਦੱਸੋ ਮੜਾ ਜੀ ਜਾ ਜੀ ਸਾਨੂੰ ਗੋਲੀ ਵੱਜੀ ਮੈਨੂੰ ਪਤਾ ਨਹੀਂ ਲੱਗਿਆ ਜੀ ਮੈਂ ਇੱਕਦਮ ਨੀਚੇ ਬਹਿ ਗਿਆ ਜੀ ਜਿਵੇਂ ਮੈਨੂੰ ਐਂਬੂਲੈਂਸ ਚੱਕ ਕੇ ਲੈ ਗਈ ਵਾਚ ਇੱਥੇ ਹੀ ਰਾਜਪੁਰਾ ਹਸਪੀਟਲ ਜੀ ਥੋੜੇ ਆਲੇ ਦੋਲੇ ਰੌਲਾ ਪੈ ਗਿਆ ਸੀ ਹੋਰ ਤੁਹਾਨੂੰ ਐਂਬੂਲੈਂਸ ਚੋਕੇ ਉੱਥੋਂ ਮੌਕੇ ਤੋਂ ਲੈ ਗਈ ਸੀ ਹਾਂਜੀ ਹਾਂਜੀ ਹੁਣ ਮੈਨੂੰ ਇਹ ਦੱਸੋ ਜਦੋਂ ਤੁਸੀਂ ਉੱਥੇ ਹਸਪਤਾਲ ਪਹੁੰਚਦੇ ਹੈਗੇ ਹੋ ਫਸਟ ਏਡ ਜਾਂ ਫਸਟ ਟ੍ਰੀਟਮੈਂਟ ਤੁਹਾਨੂੰ ਹਸਪਤਾਲ ਚੋ ਕੀ ਮਿਲਦਾ ਹੈਗਾ ਉੱਥੇ ਜਾਣ ਸਦਾਰ ਜੀ ਦੇਖੇ ਜਾਂਦੇ ਜਖਮ ਉੱਤੇ ਟਾਂਕੇ ਲੱਗਦੇ ਆਈ ਉਹ ਟਾਂਕੇ ਲਾਂਦੇ ਆ ਹਸਪਤਾਲ ਦੇ ਵਿੱਚ ਅੱਛਾ ਟਾਂਕੇ ਲਾਂਦੇ ਆਈ ਦਵਾਇ ਦੂਈ ਦੇ ਗਈ ਫਿਰ ਸਾਨੂੰ ਉੱਤੇ ਬਿਠਾ ਦਿੰਦੇ ਆ ਟਿਕਟ ਹੋ ਗਏ ਲਾਂਦੇ ਆਈ ਸਾਨੂੰ ਉੱਥੇ ਹੀ ਅੱਛਾ ਨਹੀਂ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਰਜਿੰਦਰਾ ਹਸਪਤਾਲ ਕਿਵੇਂ ਪਹੁੰਚਦੇ ਹੋ ਅਸੀਂ 13 ਤਰੀਕ ਨੂੰ ਮੇ ਲੱਗੀ ਆਈ ਗੋਲੀ ਅਸੀਂ ਉਸ ਅਗਲੇ ਦਿਨ ਜੀ ਐਡਮਿਟ ਹੋ ਗਏ ਸੀ ਉੱਥੇ ਸਾਨੂੰ ਰੱਖਿਆ ਹੀ ਹਫਤਾ ਰੱਖਿਆ ਹੀ ਫਿਰ ਜੀ ਪਟਿਆਲੇ ਭੇਜਤਾ ਜੀ ਰਜਿੰਦਰਾ ਹਸਪਤਾਲ ਜੀ ਸਰਜਰੀ ਹੋਈ ਤੁਹਾਡੀ ਕੀ ਕੁਝ ਹੁੰਦਾ ਹੈਗਾ ਕਿੰਨੇ ਘੰਟੇ ਦੀ ਸਰਜਰੀ ਹੁੰਦੀ ਹੈ ਮੈਸ ਕਰਕੇ ਤੁਹਾਨੂੰ ਪੁੱਛਣਾ ਚਾ ਰਿਹਾ ਹੈਗਾ ਵਾ ਕਿ ਇਸ ਸਰਕਾਰਾਂ ਨੂੰ ਪਤਾ ਲੱਗ ਜੇ ਭਾਵੇਂ ਹਰਿਆਣੇ ਦੀ ਸਰਕਾਰ ਹੈ ਭਾਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਹਨਾਂ ਦੋਵਾਂ ਸਰਕਾਰਾਂ ਨੂੰ ਇਹ ਪਤਾ ਲੱਗ ਜੇ ਕਿ 18 ਸਾਲਾਂ ਦਾ ਮੁੰਡਾ ਜਿਹੜਾ 10ਵੀਂ ਕਲਾਸ ਦੇ ਪੇਪਰ ਦੇ ਕੇ ਹਟਿਆ ਹੋਵੇ ਉਹਦੇ ਨਾਲ ਕੀ ਬੀਤਦੀ ਹੈ ਗੋਲੀ ਵੱਜਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਕਿੰਨੇ ਘੰਟੇ ਲੰਬੇ ਸਰਜਰੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਿਹੜੀ ਕਿਹੜੀ ਦਰਦ ਦੇ ਨਾਲ ਉਹਨੂੰ ਦੋ ਦੋ ਹੱਥ ਕਰਨੇ ਪੈਂਦੇ ਆ ਕਿੰਨੀ ਲੰਬੀ ਸਰਜਰੀ ਸੀ ਕਿੰਨਾ ਲੰਬਾ ਆਪਰੇਸ਼ਨ ਸੀ ਜਾਗਮ ਸੀ ਬਾਹ ਦੇਖੀ ਉਹਨੇ ਟਾਂਕੇ ਦੱਬ ਕੇ ਦੇਖੇ ਨੇ ਆਈ ਉਹ ਕਰੇ ਵੀ ਚੀਰ ਫਾੜ ਕਰੇ ਆਈ ਬਾਂਦੀ ਗੁਲੂ ਗੋਸ ਲਾਈ ਬਾਤੇ ਬਾਕੀ ਕੀ ਕੀਤੀ ਉਹਨਾਂ ਨੇ ਹੀ ਬਾਕੀ ਮੇਰੀ ਉਂਗਲਾਂ ਨਹੀਂ ਚੱਲਦੀਆਂ ਜੀ ਹੁਣ ਜੀ ਹੈ ਜੀ ਉਹ ਕਰੇ ਜੇ ਨਾ ਚੱਲੀਆਂ ਫੇਰ ਹੋਊਗੀ ਜੀ ਬਾਦੀ ਹਾਲ ਦੀ ਗੱਡੀ ਤੁਹਾਡੀਆਂ ਉਂਗਲਾਂ ਚੱਲਦੀਆਂ ਨਹੀਂ ਪਈਆਂ ਔਰ ਉਹ ਕਹਿੰਦੇ ਹੈਗੇ ਜੇ ਇਹ ਨਾ ਚੱਲੀਆਂ ਤੇ ਦੁਬਾਰਾ ਸਰਜਰੀ ਹੋਏਗੀ ਆਪਰੇਸ਼ਨ ਕਰਨਗੇ ਇੱਕ ਵੰਦੋ ਇਹ ਕਿੰਨੇ ਘੰਟੇ ਚੱਲਿਆ ਆਪਰੇਸ਼ਨ ਚੱਲ ਗਿਆ ਚ ਦੋ ਤਿੰਨ ਘੰਟੇ ਚੱਲਿਆ ਜੀ ਤੇ ਉਤਾ ਕੇ ਰੱਖਿਆ ਜੀ ਸਾਨੂੰ ਜੀ ਜਿਸ ਕਰੰ ਦੇ ਦਾਦਾ ਜੀ ਸਾਡੇ ਨਾਲ ਨੇ ਤੁਸੀਂ ਉੱਥੇ ਮੌਕੇ ਤੇ ਸੀਗੇ ਇਹਦੀ ਬਾਹ ਚ ਉਹ ਗੋਲੀ ਜਿਹੜੀ ਨਿਕਲੀ ਉਹ ਤੁਹਾਡੇ ਵੀ ਵੱਜ ਸਕਦੀ ਸੀਗੇ ਹਾਂ ਜੀ ਬਿਲਕੁਲ ਮੈਂ ਪੁੱਤਾ ਮੇਰਾ ਛੋਟੀ ਉਮਰ ਦਾ ਮੈਂ ਇਸਕੇ ਗੈਲ ਗਿਆ ਨਾਲ ਗਿਆ ਬਾਕੀ ਸੇਵਾਕਾਰਿਆ ਤੇ ਮੇਰੇ ਗੋਡਿਆਂ ਚ ਦਰਦ ਜ ਤੁਰ ਨਹੀਂ ਸਕਦਾ ਮੈਂ ਇਸ ਨੂੰ ਕੱਲਾ ਛੱਡਦਾ ਨਹੀਂ ਪਿਆਰਾ ਪਿਆਰਾ ਮੇਰਾ ਪੁੱਤ ਆ ਬਾਕੀ ਮੇਰੇ ਹੁੰਦੇ ਹੀ ਮੇਰੇ ਸਾਹਮਣੇ ਗੋਲੀ ਆਈ ਪਿੱਛੋਂ ਮਗਰੋਂ ਇਹਦੇ ਬਾਹਵ ਚ ਆਰ ਪਾਰ ਹੋ ਗਈ ਬਾਕੀ ਇਹਨੂੰ ਪਤਾ ਲੱਗੇ ਨਹੀਂ ਜਦ ਲਹੂ ਲਹਾਨ ਹੋ ਗਿਆ ਫਿਰ ਦੇਖਿਆ ਸੀ ਵੀ ਉਹ ਤਾਂ ਲਹੂ ਲਹਾਨ ਹੋ ਗਿਆ ਇਹ ਡਿੱਗ ਗਿਆ ਉਸ ਤੋਂ ਬਾਅਦ ਐਂਬੂਲੈਂਸ ਤੇ ਲੈ ਗਏ ਨੂੰ ਤੁਹਾਡੇ ਮੁੰਡੇ ਦੀ ਡੈਥ ਤੋਂ ਬਾਅਦ ਤੁਹਾਡੇ ਕੋਲ ਇਹ ਜਸਕਰਨ ਹੈ ਹਾਂਜੀ ਜਸਕਰਨ ਤਾਂ ਮੇਰਾ ਤੁਸੀਂ ਕੀ ਕਰਦੇ ਹੋ ਆਪ ਖੇਤੀ ਕਰਦੇ ਆ ਜੀ 3 ਏਕੜ ਜ਼ਮੀਨ ਹੈ ਬਾਕੀ ਤੁਸੀਂ ਉੱਥੇ ਜਿਵੇਂ ਜਸਕਰਨ ਨੇ ਦੱਸਿਆ ਕਿ ਤੁਸੀਂ ਸੇਵਾ ਕਰ ਰਹੇ ਹੋ ਲੰਗਰ ਦੀ ਸੇਵਾ ਉੱਥੇ ਚਲਦੀ ਸੀ ਪਾਣੀ ਪਿਆਰੇ ਸੀਗੇ ਤੁਸੀਂ ਹਾਂਜੀ ਤੁਸੀਂ ਸੋਚਿਆ ਹੀਗਾ ਕਿ ਤੁਹਾਡੇ ਨਾਲ ਤੁਸੀਂ ਮਤਲਬ ਸੇਵਾ ਕਰ ਰਹੇ ਹੋ ਤੁਹਾਡੇ ਹੱਥ ਦੇ ਵਿੱਚ ਨਾ ਤੁਸੀਂ ਜਾ ਕੇ ਬੈਰੀਕੇਡ ਦੇ ਕੋਲ ਜਾ ਰਹੇ ਹੋ ਨਾ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਕੱਲੀ ਸੇਵਾ ਕਰ ਰਹੇ ਹੋ ਤੁਸੀਂ ਪਿਛਲੀ ਵਾਰੀ ਵੀ ਅੰਦੋਲਨ ਦੇ ਦੌਰਾਨ ਇੱਥੇ ਸੇਵਾ ਕੀਤੀ ਜਦੋਂ ਇੱਥੋਂ ਜੱਥੇ ਗਏ ਆ ਤੇ ਤੁਸੀਂ ਬਾਪੂ ਜੀ ਥੋੜਾ ਬੋਤ ਵੀ ਤੁਹਾਡੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਐਡਾ ਵੱਡਾ ਹਾਦਸਾ ਵਾਪਰ ਜੇਗਾ ਇਹ ਬਹੁਤ ਵੱਡਾ ਹਾਦਸਾ ਛੋਟਾ ਹਾਦਸਾ ਨਹੀਂ ਹੈਗਾ ਸੰਤੋ ਕੋਈ ਯਾਦਗਾਰਬਾਨ ਵੀ ਨਹੀਂਦਾ ਵੀ ਸਾਡੇ ਨਾਲ ਇਹ ਹੋ ਜਾਏਗਾ ਚਾਨਕੀ ਸਾਡੇ ਨਾਲ ਪਿੰਡ ਦੇ ਸਾਫ ਕਸਰਪੰਚ ਵੀ ਹੈਗੇ ਲਾਲ ਸਿੰਘ ਜੀ ਲਾਲ ਸਿੰਘ ਜੀ ਆ ਮੁੰਡੇ ਦੀ ਹਾਲਤ ਵੇਖ ਕੇ ਮਤਲਬ ਕਿ ਸਾਨੂੰ ਤਾਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਨੂੰ ਬਿਆਨ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਇਕੱਲਾ ਇਕੱਲਾ ਉਹਨਾਂ ਦਾ ਪੋਤਾ ਹੈਗਾ 2012 ਦੇ ਵਿੱਚ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਔਰ ਗੋਲੀ ਯਾਰ ਪਰ ਹੋ ਗਈ ਆ ਉਹਨਾਂ ਦੇ ਵੀ ਵੱਜ ਸਕਦੀ ਸੀ ਬੜੀ ਇਹ ਦੁਖਦਾਈ ਘਟਨਾ ਹੈ ਅਸਲ 'ਚ ਇਹ ਸਰਕਾਰਾਂ ਦੇ ਖਾਸ ਤੌਰ ਤੇ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਮੱਥੇ ਤੇ ਕਲੰਕ ਹੈ ਦੇਖੋ ਇੱਕ ਜਿਹੜਾ ਕੋਈ ਇਹ ਦਿੱਲੀ ਜਾਣ ਵਾਸਤੇ ਤਿਆਰ ਨਹੀਂਤਾ ਸਿਰਫ ਸਾਡੇ ਪਿੰਡ ਦੇ ਦਾ ਵੀ ਇਹ ਕਿਸਾਨ ਇਕੱਠੇ ਹੋਏ ਆ ਅਸੀਂ ਲੰਗਰ ਦੀ ਸੇਵਾ ਅੱਜ ਵੀ ਚੱਲ ਰਹੀ ਹੈ ਵੀ ਲੰਗਰ ਸੇਵਾ ਕਰੀਏ ਉੱਥੇ ਜਲ ਸੇਵਾ ਲੰਗਰ ਸੇਵਾ ਕਰਨ ਵਾਸਤੇ ਇਹ ਸਾਡੇ ਪਿੰਡ ਦੇ ਹੋਰ ਵੀ ਨੌਜਵਾਨ ਸਨ ਕੋਈ ਐਫਰਟਸ ਨਹੀਂ ਕਰ ਰਹੇ ਤੇ ਵੀ ਕੋਈ ਦਵਾਰ ਤੋੜਨ ਦੀ ਜਾਂ ਰੱਪਣ ਦੀ ਕੋਸ਼ਿਸ਼ ਕਰ ਰਹੇ ਤੇ ਲੰਗਰ ਸੇਵਾ ਕਰਦੇ ਲੰਗਰ ਸੇਵਾ ਤੇ ਅਚਾਨਕ ਗੋਲੀ ਲੱਗਣੀ ਬੜੀ ਦੁਖਦਈ ਹੈ ਬਾਕੀ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਮਾਂ ਬਾਪ ਹੁੰਦੀ ਹੈ ਪਰਜਾ ਦੀ ਪਰਜਾ ਦੀ ਰੱਖਿਆ ਕਰਨਾ ਫਰਜ਼ ਬਣਦਾ ਹੈ ਨਾ ਕਿ ਗੋਲੀਆਂ ਮਾਰਨ ਦੋਸਤੋ ਹਾਲੇ ਵੀ ਜੇ ਤੁਸੀਂ ਇਹਦੀ ਇੰਟੈਂਸਿਟੀ ਨਹੀਂ ਸਮਝ پا ਰਹੇ ਹੋ ਇਸ ਮਾਮਲੇ ਦੀ ਤੇ ਫਿਰ ਤੁਸੀਂ ਕਦੀ ਨਹੀਂ ਸਮਝ ਪਾਉਂਗੇ ਕਿਉਂਕਿ ਤੁਸੀਂ ਇੱਕ ਪਹਿਲੇ ਮੁੰਡਾ ਗਵਾ ਚੁੱਕੇ ਹੋ ਸ਼ੁਭਕਰਨ ਉਸ ਤੋਂ ਪਹਿਲਾਂ 13 ਤਰੀਕ ਨੂੰ ਇਹਦੇ ਗੋਲੀ ਵਜੀ ਜਸਕਰਨ ਦੇ ਇਹ ਗੋਲੀ ਬਾਹਾਂ ਦੀ ਥਾਂ ਤੇ ਜੇ ਕਿਤੇ ਹੋਰ ਟਿਕਾਣੇ ਤੇ ਵੱਜ ਜਾਂਦੀ ਤਾਂ ਇਹਦੀਆਂ ਖਬਰਾਂ ਚੱਲ ਰਹੀਆਂ ਹੋਣੀਆਂ ਸੀਗੀਆਂ ਕਿ ਅਸੀਂ ਜਸਕਰਨ ਗਵਾ ਬੈਠੇ ਫਿਰ ਖਨੌਰੀ ਤੇ ਅਸੀਂ ਸ਼ੁਭਕਰਨ ਗਵਾ ਗਵਾ ਬੈਠੇ ਗੁਰਮੋਹਨ ਪ੍ਰੀਤ ਸਿੰਘ ਉਹਨਾਂ ਦੇ ਵਕੀਲ ਮੇਰੇ ਨਾਲ ਹੈਗੇ ਡੀਜੀਪੀ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਆ ਔਰ ਬੜੇ ਠੋਰ ਠੋਸ ਤਰੀਕੇ ਦੇ ਨਾਲ ਲੀਗਲੀ ਇਸ ਨੂੰ ਫਾਈਟ ਕਰਨਾ ਸਾਰਿਆਂ ਨੂੰ ਰਲ ਕੇ ਕਰਨਾ ਪਏਗਾ ਕਿਉਂਕਿ ਜੇ ਸਾਡੇ ਮੁੰਡਿਆਂ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਚੱਲਦੀਆਂ ਤੇ ਫਿਰ ਅਹੀ ਸੁਰੱਖਿਆ ਤੇ ਕਿੱਥੇ ਹੈਗੀਆਂ ਫਿਰ ਸਾਡੀ ਸੁਰੱਖਿਆ ਕਿੱਥੇ ਹੈਗੀ ਆ ਪਰਮੋਹਨ ਜੀ ਇਹ ਜਿਹੜਾ ਕੇਸ ਅਸੀਂ ਦੇਖ ਰਹੇ ਹਾਂ ਤੁਹਾਡੇ ਹੱਥ ਦੇ ਵਿੱਚ ਤਸਵੀਰਾਂ ਵੀ ਹੈਗੀਆਂ ਤੁਸੀਂ ਅੱਗੇ ਵੀ ਸਾਡੇ ਨਾਲ ਵੀਡੀਓਜ਼ ਸ਼ੇਅਰ ਕੀਤੀਆਂ ਨੇ ਮੈਂ ਸਭ ਤੁਸੀਂ ਇਧਰ ਆਓ ਥੋੜਾ ਤੁਸੀਂ ਸਾਡੇ ਨਾਲ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀਆਂ ਗਈਆਂ ਮੁੰਡੇ ਦੇ ਗੋਲੀ ਵੱਜ ਗਈ ਔਰ ਮਤਲਬ ਕਿਤੇ ਖਬਰਾਂ ਦੇ ਵਿੱਚ ਨਹੀਂ ਹੈ ਕਿਤੇ ਕੋਈ ਸਰਕਾਰ ਦਾ ਨੁਮਾਇੰਦਾ ਇਨਾਂ ਕੋਲ ਦੇ ਕੋਲ ਨਹੀਂ ਆਇਆ ਇੱਥੋਂ ਤੱਕ ਕਿ ਕਿਸਾਨ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਖਬਰ ਨਹੀਂ ਹੋएगी ਕਿ ਮੁੰਡੇ ਤੇ ਗੋਲੀ ਵਜੀ ਸਭ ਨੂੰ ਇਹ ਤਾਂ ਪਤਾ ਹੈਗਾ ਸ਼ੁਭਕਰਨ ਦੇ ਗੋਲੀ ਵਜੀ ਆ ਪਰ ਇਹਦੇ ਜਿਹੜੀ ਗੋਲੀ ਵਜੀ ਆ ਇਹਦਾ ਕਿਤੇ ਕੋਈ ਵੀ ਦੂਰ ਦੂਰ ਤੱਕ ਅਸੀਂ ਸੁਣਦੇ ਹੀ ਨਹੀਂ ਪਏ ਆ ਦੇਖੋ ਇਹੀ ਦੁਖਾਂਤ ਆ ਮੈਂ ਉਦੋਂ ਆਈਡੈਂਟੀਟੀ ਡਿਸਕਲੋਜ਼ ਨਹੀਂ ਸੀ ਕੀਤੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਮੈਂ ਫੁਟੇਜ ਸ਼ੇਅਰ ਕਰਤੀਆਂ ਸੀ ਉਹੀ ਫੋਟੋ ਅਸੀਂ ਡੀਜੀਪੀ ਸਾਹਿਬ ਨੂੰ ਲਾ ਕੇ ਦਿੱਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਉਸ ਦਿਨ ਦੀ ਫੋਨ 'ਚ ਅਸੀਂ ਬਣਾਈ ਆ ਕਿਉਂਕਿ ਜਦੋਂ ਦੇਖੋ ਸਾਡੀ ਹੋਂਦ ਤੇ ਆ ਗਿਆ ਅਹੀ ਸਾਰੇ ਕਿਸਾਨਾਂ ਦੇ ਪੁੱਤ ਆ ਅਸੀਂ ਜਿੱਥੇ ਮਰਜੀ ਕੀਤਾ ਜਿਹੜਾ ਮਰਜੀ ਚੋਂ ਲੀਏ ਸਾਡੀਆਂ ਜਿਹੜਾ ਉਹੀ ਰਹਿਣੀਆਂ ਤੇ ਦੇਖੋ ਇਸ ਹੱਦ ਤੱਕ ਮਜਬੂਰੀ ਆ ਵੀ ਇਹ ਸਾਈਨ ਵੀ ਸੱਜਾ ਹੱਥ ਆ ਜਿਹੜਾ ਉਹਦੇ ਨਾਲ ਉਹਦਾ ਤੁਸੀਂ ਸੱਜਾ ਹੱਥ ਦੇਖਿਆ ਉਹਦੀਆਂ ਉਂਗਲਾਂ ਕੰਮ ਨਹੀਂ ਕਰ ਰਹੀਆਂ ਨੌਜਵਾਨੀ ਦੀ ਤੇ 307 ਦਾ ਪਰਚਾ ਉਤੇ 302 ਦਾ ਕਹਿ ਰਿਹਾ ਸ਼ੁਕਰਨ ਇਹ ਜਸ ਕਰਨਾ ਅਸੀਂ ਪਹੁੰਚ ਰਹੇ ਹਾਂ ਫੀਲਡ ਦੇ ਵਿੱਚ ਆਈ ਹਿਸਾਬ ਲਵਾਂਗੇ ਇਹਨਾਂ ਤੋਂ ਫੈਟਲ ਬੁਲੇਟ ਆ ਉੱਥੋਂ ਖੋਲ ਮਿਲਦੇ ਪਏ ਆ ਜੋ ਸੀ ਡੀਜੀਪੀ ਸਾਹਿਬ ਨੂੰ ਵੀ ਡਿਮਾਂਡ ਕੀਤੀ ਆ ਕਿ ਅੱਗੇ ਵੀ ਕਰਾਂਗੇ ਬੈਲਿਸਟਿਕ ਰਿਪੋਰਟ ਜਿਹੜੀ ਆ ਉੱਥੇ ਨੌਜਵਾਨੀ ਦੇ ਹੱਥਾਂ ਦੇ ਵਿੱਚ ਖੋਲ ਨੇ ਦੂਜੇ ਪਾਸਿਓਂ ਦੀ ਜਿੱਦਾਂ ਵਾਰ ਚੱਲਦੀ ਹੁੰਦੀ ਹੈ ਨਾ ਇੰਡੋਚਾਈਨਾ ਵਾਰ ਸੀ ਇੰਡੋ ਪਾਕਿਸਤਾਨ ਵਾਰ ਸੀ ਉਹਦੇ ਵਿੱਚ ਤਾਂ ਅਸੀਂ ਇਹ ਜਿਹੇ ਫੋਟੋਸ ਵੀਡੀਓਸ ਦੇਖੇ ਅਸੀਂ ਸਮਝ ਸਕਦੇ ਹਾਂ ਵੀ ਕਿਉਂ ਨਫ਼ਰਤ ਕਰਦੇ ਆ ਔਰ ਜੇ ਤੁਸੀਂ ਤੱਥਾਂ ਦੀ ਗੱਲ ਕਰਦੇ ਹੋ ਤੇ ਆ ਚੀਜ਼ ਮੈਂ ਤੁਹਾਨੂੰ ਫੇਰ ਦੁਬਾਰਾ ਕਰਦਾਗਾ ਸਾਂਝੀ ਹੁਣ ਤਾਂ ਲੇਟੈਸਟ ਰਿਪੋਰਟ ਆ ਗਈ ਆ ਤੁਸੀਂ ਆ ਪੇजेस ਕਰਨ ਤੋਂ ਸੁਣ ਲਿਆ ਤੇ ਇਸ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਕੀ ਹੋ ਸਕਦੀ ਬੁਲੇਟ ਨਾ ਇੱਥੋਂ ਵੱਜ ਕੇ ਆ ਪੀਅਰਸ ਕਰਕੇ ਲੰਘ ਗਈ ਆ ਕਿਉਂ ਉਪਰਜੈਕਟਾਈਲ ਜਿਹੜੇ ਤੇ ਵੱਜੀ ਆ ਜਿਉ ਟੋਰਸੋ ਹੁੰਦਾ ਆਪਰ ਟੋਰਸੋ ਹੁੰਦਾ ਕਿਸੇ ਹੋਰ ਪਾਰਟ ਤੇ ਵੱਜਦੀ ਤੇ ਇਸ ਇਸ ਲੈਵਲ ਦਾ ਬੂੰਡ ਆ ਘਟੋ ਘਟ ਤੁਸੀਂ ਉਹਦੀ ਬਾਹ ਦੇਖ ਲਓ ਆਰ ਪਾਰ ਹੋ ਗਈ ਐਡੀ ਮੋਰੀ ਅੰਦਰ ਜਿਹਨੀਆਂ ਉਂਗਲਾਂ ਕਿਉਂ ਨਹੀਂ ਚੱਲ ਰਹੀਆਂ ਸੈਂਸਰੀ ਆਰਗਨਸ ਨੇ ਸਾਰੇ ਹਿਲ ਤੱਕ ਨਹੀਂ ਪਾ ਰਹੇ ਉਹਦੇ ਸੈਂਸਰੀ ਆਰਗਨਸ ਉਹਦੇ ਦਾਦਾ ਜੀ ਉਹਦੇ ਨਾਲ ਬੈਠੇ ਨੇ ਇੱਕ ਬੁਲੇਟ ਬਿਲਕੁਲ ਬਜ਼ੁਰਗ ਕੋਲ ਸੀ ਉਹਨਾਂ ਨੇ ਪੁੱਤਾਂ ਪੁੱਤ ਨਹੀਂ ਹੈਗਾ ਪੋਤਾ ਆ ਇੱਕ ਬੁਲੇਟ ਜੇ ਇਧਰੋਂ ਲੰਘ ਕੇ ਉਹੀ ਬੁਲੇਟ ਜਦੋਂ ਪੈਨੇਟ੍ਰੇਟ ਕਰਕੇ ਪਤਾ ਨਹੀਂ ਕਿੱਥੇ ਆਪਦਾ ਜਿਹੜਾ ਉਹਦਾ ਏਮ ਹੈ ਚਲਾ ਗਿਆ ਉਹੀ ਗੋਲੀ ਇਹਨਾਂ ਦੇ ਵੀ ਵੱਜ ਸਕਦੀ ਸੀ ਸੇਮ ਇੱਕ ਗੋਲੀ ਦੇ ਨਾਲ ਦੋ ਨਸਲ ਇੱਕ ਪੂਰੀ ਦੀ ਪੂਰੀ ਨਸਲ ਖੁਸ਼ੀ ਹੋਰ ਕਿਹਨੂੰ ਕਹਿੰਦੇ ਆ ਔਰ ਇਸ ਤੋਂ ਜ਼ਿਆਦਾ ਨਿਹਾਇਤੀ ਸ਼ਰਮਨਾਕ ਰਵਈਆ ਇੱਕ ਡੀਜੀਪੀ ਰੈਂਕ ਦਾ ਜਿਹੜਾ ਹਰਿਆਣਾ ਦਾ ਆਫੀਸਰ ਉਹ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਕਹਿ ਰਿਹਾ ਕਿ ਸਿਰਫ ਰਬੜ ਬੁਲੇਟ ਚਲਾ ਰਹੇ ਆ। ਇਹ ਕੋਈ ਮੁਖੌਲ ਹੋ ਰਿਹਾ ਏ। ਇੱਕ ਨੌਜਵਾਨ ਸਾਡੇ ਦੇ ਸਿਰ 'ਚ ਗੋਲੀ ਮਾਰ ਦਿੱਤੀ ਗਈ, ਦੂਜੇ ਦੇ ਇਸ ਤਰੀਕੇ ਨਾਲ ਮਾਰ ਦਿੱਤੀ ਗਈ। ਤੁਹਾਡੇ ਨਾਲ ਸਾਰੀ ਸਬੂਤਾਂ ਦੇ ਬਿਹਾਫ ਤੇ ਗੱਲ ਕਰਾਂਗੇ। ਔਰ ਇਸ ਵੇਲੇ ਕੀ ਹੋ ਰਿਹਾ ਜਿਹੜੀ ਅਗਲੀ ਪ੍ਰੋਬਲਮ ਤੁਹਾਨੂੰ ਮੈਂ ਹੋਣੀ ਦੱਸ ਦੇਣਾ ਕਿਉਂਕਿ ਤਹਾਕੇ ਲੰਘ ਗਏ ਇਨਸਾਫ ਸਾਨੂੰ ਪ੍ਰਾਣਾ ਨਹੀਂ ਮਿਲਿਆ। ਐਵੀਡੈਂਸ ਦੇ ਨਾਲ ਛੇੜਛਾੜ ਹੋ ਰਹੀ ਆ। ਫੀਲਡ ਦੇ ਉੱਤੇ ਕਿੰਨੇ ਕ ਬੰਦੇ ਨੇ? ਜਿਹੜੀ ਸਾਡੀ ਨੌਜਵਾਨੀ ਐ ਉਹ ਆਪਣੇ ਮਲਮ ਪੱਟੀਆਂ ਕਰਾਵੇ ਆ ਕਰਾਵੇ ਕਿ ਐਵੀਡੈਂਸ ਕਲੈਕਟ ਕਰੇ ਸਟੇਟ ਕਾਦੇ ਆਸਤੇ ਹੁੰਦੀ ਐ ਥਿਸ ਇਜ਼ ਅ ਕ੍ਰਾਈਮ ਕਮਿਟਿਡ ਅਪਨ ਦ ਸਟੇਟ ਆਫ ਪੰਜਾਬ ਬਾਈ ਦ ਵੈਰੀ ਸਟੇਟ ਆਫ ਹਰਿਆਣਾ ਟੈਰੀਟੋਰੀਅਲ ਬ੍ਰੈਚ ਪਰਫਾਰਮ ਹੋ ਕੇ ਇੱਥੇ ਤੁਹਾਡੀ ਸਟੇਟ ਦੇ ਵਿੱਚ ਐਂਟਰੀ ਦੇ ਵਿੱਚ ਆ ਕੇ ਸਾਰਾ ਕੁਝ ਹੋ ਰਿਹਾ ਐ ਐਂਡ ਜਿਹੜਾ ਸਾਡਾ ਸੀਐਮ ਐ ਆਮ ਸੌਰੀ ਟੂ ਸੇ ਹੀ ਇਸ ਜਸਟ ਸ਼ੋਕੇਸਿੰਗ ਇੰਪੋਰਟੈਂਸੀ ਇਸ ਇੰਪੋਰਟੈਂਟ ਇਨਾਫ ਦੋ ਗੱਲਾਂ ਚਾਰ ਗੱਲਾਂ ਜੇ ਸਾਡੇ ਅਰਗੇ ਬੰਦੇ ਇੱਥੇ ਪਹੁੰਚ ਸਕਦੇ ਨੇ ਇਹ ਰਾਜੇਵਾਲ ਜਿਥੇ ਬੰਦੀ ਦੇ ਨੇ ਇਹਨਾਂ ਦੀ ਜਥੇਬੰਦੀ ਇਹਨਾਂ ਨੂੰ ਭੁੱਲ ਚੁੱਕੀ ਐ ਲੀਡਰ ਐਦਾਂ ਨਹੀਂ ਬਣਦੇ ਹੁੰਦੇ ਉਹ 1 ਲੱਖ 1 ਕਰੋੜ ਫਲਾਣਾ ਮੁਆਵਜ਼ਾ ਢੇਮਕਾ ਮੁਆਵਜ਼ਾ ਇੱਕ ਜਿਸ ਕਰਨਾ ਇੱਕ ਸ਼ੁਭ ਕਰਨਾ ਪਤਾ ਨਹੀਂ ਕਿੰਨੇ ਹੋਣੇ ਅੱਗੇ ਇੱਕ ਦੀਪ ਬੁੱਝਿਆ ਕਿੰਨੇ ਦੀਪ ਬੁੱਝ ਗਏ ਆ ਪੰਜਾਬ ਦੇ ਕਦੋਂ ਹੋਸ਼ ਆਊਗੀ ਇੱਕ ਵੇੜੇ ਦੇ ਵਿੱਚ ਜਦੋਂ ਸੱਥਰ ਵਿਛੀ ਐ ਦੂਜੇ ਦੇ ਵਿੱਚ ਕੀ ਹੋ ਰਿਆ ਸੀ ਸ਼ੈਨਾਈਆਂ ਗੂੰਜ ਰੀਆਂ ਸੀ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਸਾਨੂੰ ਹਲੇ ਵੀ ਸਰਕਾਰ ਸਪੋਰਟ ਕਰ ਦੇ ਮੈਂ ਤੁਹਾਡੇ ਜਰੀ ਅੱਜ ਦੱਸਣਾ ਚਾਹੂੰਗਾ ਬਾਰ-ਬਾਰ ਮੈਂ ਕਹਿ ਰਿਹਾ ਸਾਡੇ ਕੋਲ ਫੀਲਡ ਤੇ ਜਿੰਨਾ ਵੀ ਤਿਲ ਫੁੱਲ ਰਿਸੋਰਸ ਆ ਇਸ ਵੇਲੇ ਸਾਨੂੰ ਤਿੰਨ ਮੈਕੈਨਿਜ਼ਮਸ ਦੇ ਨਾਲ ਲੜਨਾ ਪੈ ਰਿਹਾ ਯੂਨੀਅਨ ਦਾ ਜੋ ਕਰ ਰਹੀ ਆ ਕਰ ਰਹੀ ਆ ਹਰਿਆਣਾ ਜੋ ਕਰ ਰਹੀ ਆ ਕਰ ਰਹੀ ਆ ਕੁਨ ਮੱਟਾ ਬਣ ਕੇ ਪੰਜਾਬ ਦਾ ਸੀਐਮ ਬੈਠਾ ਐਮਐਲਆਰਸ ਲੈਂਡ ਦੇ ਵਿੱਚ ਸਾਨੂੰ ਇੰਨੀ ਡਿਲੇ ਹੋ ਗਿਆ ਐਮਐਲਆਰ ਸਾਨੂੰ ਕਿੰਨੀ ਲੇਟ ਮਿਲ ਰਹੀਆਂ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਤੁਹਾਡੇ ਰਗੇ ਮੀਡੀਆ ਦੇ ਵਿੱਚ ਵੀਡੀਓਜ਼ ਪਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਨਾ ਪੈ ਰਿਹਾ ਸਰਕਾਰਾਂ ਨੂੰ ਐਮਐਲਆਰਸ ਨਹੀਂ ਸਾਨੂੰ ਮਿਲਦੀਆਂ ਪਈਆਂ ਮੈਂ ਹੈਰਾਨ ਹੁੰਦਾ ਸੀ ਮੈਂ ਸੋਚਦਾ ਸੀ ਵੀ ਕੀ ਕਰਨ ਹੋਊਗਾ ਇੰਨੇ ਸਾਲ ਕਿਉਂ ਲੰਘ ਜਾਂਦੇ ਆ ਇਨਸਾਫ ਆਖਰ ਮਿਲਦਾ ਕਿਉਂ ਨਹੀਂ ਹੁਣ ਗੱਲ ਹੈ ਸਿਵਲ ਪਟੀਸ਼ਨ ਦੀ ਸਿਵਲ ਪਟੀਸ਼ਨ ਦੇ ਨਾਲ ਮਾੜਾ ਮੋਟਾ ਰਿਸਟ੍ਰੇਨ ਲਵਾ ਕੇ ਕੀ ਕਰ ਲਾਂਗੇ ਗੱਲ ਇੱਥੇ ਜਿਹੜੀ ਆ ਉਹ ਇਨਵੋਕੇਸ਼ਨ ਆਫ ਕ੍ਰਿਮੀਨਲ ਲਾ ਹੈ ਪ੍ਰੋਪਰ ਇਹਦੇ ਵਿੱਚ ਕ੍ਰਿਮੀਨਲ ਪ੍ਰੋਸੀਡਜ ਜਿਹੜੀਆਂ ਇਨਵੋਕ ਕਰਨੀਆਂ ਚਾਹੀਦੀਆਂ 154 CrPC ਦੀ ਦਫਾ ਡੀਜੀਪੀ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦੇਤੀ ਆ ਹਾਲੀ ਦੀ ਘੜੀ ਦੇ ਵਿੱਚ ਹੋਰ ਬਣਦੇ ਚਿਰ ਦੇ ਵਿੱਚ ਅੱਜ ਪੰਜਾਬ ਹਰਿਆਣਾ ਬਾਰ ਕਾਉਂਸਲ ਦੇ ਵੀ ਜੇ ਤੁਸੀਂ ਦੇਖੇ ਸਾਰਾ ਭਾਈਚਾਰਾ ਨਾਲ ਖੜਿਆ ਅੱਜ ਸਾਰਾ ਸ਼ਟਡਾਊਨ ਰਿਹਾ ਵਰਕ ਹਰ ਇੱਕ ਨੂੰ ਪਤਾ ਕਿ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਬਾਪੂ ਜੀ ਅਹੀ ਤਾਂ ਸੋਚਦੇ ਹੁੰਦੇ ਸੀ ਕਿ ਜੰਗ ਦੇ ਮੈਦਾਨ ਦੇ ਵਿੱਚ ਭਾਈ ਕਨਈਆ ਜੀ ਵਰਗੇ ਪਾਣੀ ਪੀਂਦੇ ਹੁੰਦੇ ਸੀਗੇ ਮਸ਼ਕਰਾਂ ਰਹਿ ਕੇ ਉਹ ਤਰੀਕੇ ਦੇ ਨਾਲ ਤੁਹਾਡੀ ਕਦੀ ਹਿੰਮਤ ਪੈਗੀ ਕਿ گاਾਂ ਤੋਂ ਕੋਈ ਮੋਰਚਾ ਕੋਈ ਅੰਦੋਲਨ ਇਹੋ ਜਿਹਾ ਚੱਲਦਾ ਹੋਵੇ ਤੇ ਤੁਸੀਂ ਜਾ ਕੇ ਉਸ ਚ ਸ਼ਮੂਲੀਅਤ ਕਰੋ ਦੇਖੋ ਜੀ ਜਦੋਂ ਇਹ ਸੁਣਨੇ ਮ ਆਵੇ ਤਾਂ ਇਹ ਬ ਅੱਖਾਂ ਦੇ ਸਾਹਮਣੇ ਦੇਖ ਲਿਆ ਬਾਕੀ ਇਹੋ ਤਾਂ ਸਾਡਾ ਜਿਹੜਾ ਕਿੱਤਾ ਇਹ ਤੰਦਾ ਖਤੋਂ ਹੁੰਦਾ ਜਾ ਰਿਹਾ ਮਰੇ ਮਰੇ ਤੋਂ ਅਸੀਂ ਕਿਉਂ ਨਹੀਂ ਅਸੀਂ ਮੋਰਚਾਂ 'ਚ ਕਿਉਂ ਨਹੀਂ ਖੜਾਉਂਗੇ ਫਿਰ ਇਹ ਤੁਹਾਡੇ 13 ਤਰੀਕ ਤੋਂ ਲੈ ਕੇ ਹੁਣ ਤੱਕ ਜਾਂ ਅਗਲੇ ਵੀ ਦਿਨ ਇਹ ਕਿਵੇਂ ਦੇ ਨਿਕਲੇ ਜੀ ਬੋਝ ਰਿਹਾ ਮਨ ਤੇ ਮਨ ਤੇ ਬੋਝ ਬਹੁਤ ਟੈਨਸ਼ਨ ਰਹਿੰਦੀ ਹੈ ਮੈਂ ਹਸਪੀਟਲ ਦੇ ਦੇ ਨਾਲ ਰਿਹਾ ਮੈਂ ਆਪਣਾ ਬੀਪੀ ਚੈੱਕ ਕਰਿਆ 200 ਬੀਪੀ ਦਾ ਮੇਰਾ ਹੋਇਆ ਵਾ ਟੈਨਸ਼ਨ ਬਹੁਤ ਜ਼ਿਆਦਾ ਸਾਰੀ ਰਾਤ ਇਹ ਉੱਥੇ ਸੌਂਦਾ ਨਹੀਂ ਦਾ ਇਹ ਤਾਂ ਚੱਲ ਮਰੀਜ਼ ਤੇ ਫੱਟੜ ਦੇ ਪਏ ਮੈਂ ਇਹਨਾਂ ਤੇ ਵੀ ਜ਼ਿਆਦਾ ਤੰਗ ਹੋ ਗਿਆ ਨਾਲ ਰਹਿਣੇ ਚ ਜਿਸ ਕਰਣ ਦਿਮਾਗ ਦੇ ਵਿੱਚ ਯਾਰ ਇਹੋ ਜਿਹਾ ਖਿਆਲ ਆਇਆ ਕਿ ਯਾਰ ਮੈਂ ਨਾ ਹੀ ਜਾਂਦਾ ਯਾਰ ਉੱਥੇ ਤੇ ਨਾ ਇਹ ਚੀਜ਼ ਹੁੰਦੀ ਕੋਈ ਇਹੋ ਜਿਹਾ ਦਿਮਾਗ 'ਚ ਖਿਆਲ ਆਇਆ ਤੁਹਾਡੇ ਨਾ ਇਹ ਸੇਵਾ ਕਰਨ ਗਏ ਸੀ ਅਸੀਂ ਸੇਵਾ ਕਰਦੇ ਰਹੇਗੇ ਲੰਗਰ ਲਾਂਦੇ ਰਹੇਗੇ ਉਹੀ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਵੀਰਪੇਗਾ ਲੰਗਰ ਲਾਇਆ ਤਾਂ ਦਿਨਾਂ ਤੱਕ ਚੱਲਦਾ ਰਿਹਾ ਜੀ ਸਾਡਾ ਵੀ ਹੁਣ ਚੱਲਦਾ ਰਹੇਗਾ ਜੀ ਵੀ ਜੁੜੀਆਂ ਚੀਜ਼ਾਂ ਨੇ ਪਰ ਸਾਡੀ ਜਵਾਨੀ ਸਾਡੇ ਸਾਹਮਣੇ ਖਤਮ ਹੁੰਦੀ ਪਈ ਅਸੀਂ ਵੇਖਦੇ ਪਏ ਆ ਇੱਕ ਸ਼ੁਭ ਕਰਨ ਵਾਰ-ਵਾਰ ਜ਼ਿਕਰ ਉਹਦਾ ਕਰਦੇ ਆ ਵਾਰ-ਵਾਰ ਜ਼ਿਕਰ ਇਸ ਕਰਕੇ ਕਰਨਾ ਜ਼ਰੂਰੀ ਤਾਂ ਕਿ ਇਹਨਾਂ ਨੂੰ ਹਲਾ ਕੇ ਵਾਰ-ਵਾਰ ਦੱਸਿਆ ਜਾ ਜਾ ਸਕੇ ਕਿ ਜੋ ਕੁਝ ਹੁੰਦਾ ਪਿਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਪਿਆ ਬਿਲਕੁਲ ਸਾਫ਼ ਚੱਲਦਾ ਪਿਆ ਔਰ ਇਹਨੂੰ ਕਦੋਂ ਰੋਕੋਗੇ ਉਹਦੇ ਬਾਅਦ ਮੈਨੂੰ ਦੱਸ ਦੇਣਾ ਚਾਹਵਾ ਇੱਕ ਕੱਲਾ ਸ਼ੁਭ ਕਰਨੀ ਆ ਤੁਸੀਂ ਅੱਜ ਕੱਲ ਉਹ ਦੇਖ ਰਹੇ ਹੋ ਵੀਡੀਓ ਮੈਂ ਤੁਹਾਡੇ ਜਰੀਏ ਕੱਲ ਵੀ ਜਾਣਕਾਰੀ ਸਾਂਝੀ ਕੀਤੀ ਸੀ ਅੱਜ ਮੈਂ ਦੁਬਾਰਾ ਫੇਰ ਕਰਦਾ ਹੁਣੇ ਕਰਦਾ ਕਿ ਹਾਲੀ ਦੇ ਵਿੱਚ ਸਾਨੂੰ ਹੋਰ ਵੀ ਬੜੀਆਂ ਬੈਟਲਸ ਲੜਨੀਆਂ ਪੈ ਰਹੀਆਂ ਸੀ ਕੱਲੀ ਇੱਕ ਨਹੀਂ ਲੜ ਰਿਹਾ ਅੱਜ ਹਾਈ ਕੋਰਟ ਦੇ ਵਿੱਚ ਹੋਰ ਵੀ ਅਸੀਂ ਕੁਝ ਪ੍ਰੋਸੈਸ ਆ ਤੁਸੀਂ ਦੇਖੋ ਪ੍ਰਿਤਪਾਲ ਸਿੰਘ ਹੈ son of ਦਵਿੰਦਰ ਸਿੰਘ ਹੈ ਉਮਰ 32 ਸਾਲ ਆ ਇਸ ਨੌਜਵਾਨ ਦਾ ਤੁਸੀਂ ਦੇਖਿਆ ਹੋਣਾ ਮੇਰੇ ਕੋਲ ਡਿਟੇਲਸ ਆਈਆਂ ਡਾਕੂਮੈਂਟਸ ਆਏ ਨੇ ਜਿਹੜੇ ਠੀਕ ਹੈ। ਉਹ ਬੋਰੀ ਦੇ ਵਿੱਚ ਪਾ ਕੇ ਲੈ ਜਾਇਆ ਜਾਂਦਾ ਜਾਂਦਾ ਨੌਜਵਾਨ ਨੂੰ। ਸਿਰ ਫੈਟਲ ਹੈ, ਲੱਤ ਤੇ ਅੱਧੀ ਪਲਸਟਰ ਲੱਗੇ ਹੋਇਆ। ਉਹਨੂੰ ਉਧਰੋਂ ਦੀ ਪੀਜੀ ਆਈ ਰੋहतक ਚੋਂ ਰੋहतक ਆਪਣਾ ਲੁਧਿਆਣੇ ਵਾਲੇ ਪਾਸੇ ਰੈਫਰ ਨਹੀਂ ਹੁਣ ਦਿੱਤਾ ਜਾ ਰਿਹਾ। ਉਹਨੂੰ ਰੋਕ ਨਹੀਂ ਸਕਦੀ ਪੁਲਿਸ। ਮੇਰ ਦਾ ਰਾਈਟ ਟੂ ਜਿਹੜਾ ਲਾਈਫ ਐਂਡ ਲੀਬਰਟੀ ਹੈ। ਕੌਣ ਨੇ ਯਾਰ ਇਹ ਬੰਦੇ ਕੀ ਇਹਨਾਂ ਨੇ ਇਹੋ ਜਿਹਾ ਮਾਰਾ ਕਰਤਾ। ਹਰ ਹਰ ਬੰਦੇ ਦੇ ਜਹਨ ਚ ਸਵਾਲ ਹੋਊਗਾ ਜਿਹੜਾ ਇਨਸਾਨੀਅਤ ਨੂੰ ਥੋੜਾ ਜਿਹਾ ਵੀ ਪਿਆਰ ਕਰਦਾ ਉਹਨੇ ਤੁਹਾਨੂੰ ਕੀ ਕਿਹਾ ਕਿ 20 ਰੁਪਏ ਦਾ ਲੰਗਰ ਲਾਇਆ ਸੀ ਪਾਣੀ ਪਿਆਉਣ ਦੀ ਕੀਮਤ ਹੈ ਤੁਸੀਂ ਫੋਨ ਦੇ ਕੇ ਚਕਾਣੀ ਪੈਰੀ ਸਰਕਾਰ ਹਰ ਵਾਰੀ ਬਿਆਨ ਕਰ ਰਹੀ ਹੈ ਜੀ ਇਹ ਚੀਜ਼ਾਂ ਦੇ ਵਿੱਚ ਮੈਂ ਤੁਹਾਨੂੰ ਬਾਰ ਬਾਰ ਕਹਾਂ ਟਾਈਮਲੀ ਐਵੀਡੈਂਸ ਪ੍ਰੀਜ਼ਰਵ ਹੋਣੀ ਚਾਹੀਦੀ ਹੈ ਐਵੀਡੈਂਸ ਦੇ ਨਾਲ ਛੇੜਛਾੜ ਹੋ ਗਈ ਤੇ ਕੀ ਹੋਣਾ ਆਪਾਂ ਕਹਿੰਦੇ ਆ ਕਿ ਐਵੀਡੈਂਸ ਜਿਹੜਾ ਹੈਗਾ ਉਹਨੂੰ ਪ੍ਰੀਜ਼ਰਵ ਕਰੋ ਕਰੇਗਾ ਕੌਣ ਪੰਜਾਬ ਸਰਕਾਰ ਤਾਂ ਸੁੱਤੀ ਵੀ ਪੰਜਾਬ ਪੁਲਿਸ ਸੁੱਤੀ ਪਈ ਆ ਦੇਖੋ ਸਾਫ਼ ਅਸੀਂ ਸਾਰਾ ਕੁਝ ਦੇਖ ਰਹੇ ਆ ਕੀ ਕੁਝ ਹੋ ਰਿਹਾ ਤੇ ਉਸਕੰਦਰ ਕਹਿੰਦਾ ਹੁੰਦਾ ਸੀਗਾ ਨਹੀਂ ਕਰੀ ਮੈਂ ਹੁਣ ਕਹੂੰਗਾ ਮੈਂ ਸਾਰੇ ਸਿਸਟਮ ਨੂੰ ਨਹੀਂ ਕਹਿੰਦਾ ਹੀ ਕਹਿੰਦਾ ਵੀ ਮੈਂ ਭੇਡਾਂ ਦੀ ਉਸ ਫੌਜ ਤੋਂ ਨਹੀਂ ਡਰਦਾ ਜਿਹਨੂੰ ਲੀਡ ਕਰਨ ਵਾਲਾ ਸ਼ੇਰ ਹੈ ਕਹਿੰਦਾ ਮੈਂ ਸ਼ੇਰਾਂ ਦੀ ਹੈਨਾ ਤੁਸੀਂ ਸੁਣਿਆ ਸੀ ਮੈਂ ਸੌਰੀ ਮੈਂ ਪੁੱਠਾ ਬੋਲ ਗਿਆ ਅੱਜ ਕਿਉਂਕਿ ਯਾਰ 3-4 ਦਿਨ ਹੋਏ ਪਏ ਆ ਅਸੀਂ ਸੋ ਨਹੀਂ ਪਾਰੇ ਜਿਹਨੇ ਜਿਹੜਾ ਬਹਿਣਾ 4 ਵਜੇ ਤੋਂ ਬਾਅਦ ਤੁਹਾਨੂੰ ਪਤਾ ਜਿਹਦੀ ਸ਼ਾਮ ਪੈ ਜਾਂਦੀ ਆ ਮੈਂ ਸ਼ਰਮ ਕਹਿਣਾ ਉਹ ਸਾਹਮਣੀ ਮਲੰਗ ਨੂੰ ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਝੂਠ ਮਾਰ ਰਿਹਾ ਲੋਕਾਂ ਨੂੰ ਮੂਰਖ ਬਣਾ ਰਿਹਾ ਉਹ ਕਹਿੰਦਾ ਸੀ ਨਾ ਜੀ ਵੀ ਉਹ ਸਾਫ ਕੋਟੇਸ਼ਨ ਅੱਜ ਸਮਝ ਆ ਰਹੀ ਆ ਵੀ ਜੇ ਸ਼ੇਰਾਂ ਦੀ ਫੌਜ ਵੀ ਹੋਵੇ ਉਹਨੂੰ ਲੀਡ ਭੇਡ ਕਰ ਰਹੀ ਭੇਡ ਹੋਵੇ ਉਹ ਤੋਂ ਡਰਦਾ ਨਹੀਂ ਕੋਈ ਕੀ ਨਹੀਂ ਕਰ ਸਕਦਾ ਯਾਰੇ ਵੈਪਨਸ ਨਹੀਂ ਹੈਗੇ ਪੰਜਾਬ ਪੁਲਿਸ ਕੋਲ ਕੀ ਨਹੀਂ ਹੈਗਾ ਚੱਜ ਦੇ ਕਈ ਅਫਸਰ ਹੋਣੇ ਆ ਮੈਂ 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 ਗਰੰਟੀ ਨਾਲ ਕਹਿ ਸਕਦਾ ਸਾਰੇ ਦਾ ਸਿਰਾ ਸਿਸਟਮ ਇੰਨਾ ਇੰਪੋਰਟੈਂਟ ਨਹੀਂ ਹੋ ਸਕਦਾ ਪੰਜਾਬ ਦੇ ਤਾਂ ਪੁੱਤਾਂ ਦੇ ਸਿਰਾਂ ਦੇ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਇੰਨਾ ਇੰਪੋਰਟੈਂਟ ਸਾਫਟਵਾਅ ਸੈਸ਼ਨ ਲੋ ਇੰਨਾ ਖੱਸੀ ਸਿਸਟਮ ਸਾਰੇ ਦੇ ਸਾਰੇ ਅਫਸਰ ਨਹੀਂ ਹੋ ਸਕਦੇ ਕੋਸ਼ਤਾ ਇਹਨਾਂ ਚੋਂ ਹੈਗੇ ਆ ਜਿਹੜੇ ਇਸ ਵੇਲੇ ਫਰਸਟ੍ਰੇਟਡ ਨੇ ਮੇਰੇ ਨਾਲ ਸਿੱਧੇ ਆ ਸਿੱਧੇ ਤੌਰ ਤੇ ਮੈਂ ਬਹੁਤ ਗੱਲਾਂ ਦੇ ਇਸ਼ਾਰੇ ਮਾਤਰੀ ਕਰ ਰਿਹਾ ਸਾਰੇ ਦਾ ਸਾਰਾ ਸਿਸਟਮ ਖੱਸੀ ਨਹੀਂ ਹੈਗਾ ਇੱਕ ਕੁਛਕ ਬੰਦੇ ਨੇ ਜਿਨ੍ਹਾਂ ਨੂੰ ਮਹਿਜ਼ ਬਸ ਤੁਸੀਂ ਸਮਝ ਸਕਦੇ ਹੋ ਇਸ ਵੇਲੇ ਮਜਬੂਰੀ ਹੈ ਕਿਉਂਕਿ ਹੁਣ ਤੱਕ ਐਕਸ਼ਨ ਹੋਣਾ ਚਾਹੀਦਾ ਸੀ ਮੈਂ ਹਲੇ ਵੀ ਕਿਸੇ ਹੋਰ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਇਸ ਲਾਈਨਸ ਤੇ ਹੀ ਗੱਲ ਕਰਨੀ ਚਾਹੁੰਦਾ ਕਿ ਬੈਲਿਸਟਿਕ ਰਿਪੋਰਟਸ ਬਣ ਜਾਣ ਇਹ ਐਵੀਡੈਂਸਿਸ ਨੂੰ ਪ੍ਰੀਜ਼ਰਵ ਕਰ ਲਿਆ ਜਾਵੇ ਜਿੰਨੇ ਨੌਜਵਾਨ ਨੇ ਸਾਡੇ ਲਾਪਤਾ ਹੋਏ ਪਏ ਆ ਲੱਭ ਨਹੀਂ ਜਾ ਰਹੇ ਉਹਨਾਂ ਦੀ ਲਿਸਟ ਬਣਾਉਣੀ ਹੈ ਹਲੇ ਬਹੁਤ ਕੰਮ ਕਰਨਾ ਨੌਜਵਾਨ ਆਇਆ ਸਾਡੇ ਨਾਲ ਅੱਧਿਆਂ ਤੇ ਮੇਰੇ ਕਿੰਨੇ ਜੂਨੀਅਰਸ ਦੇ ਉੱਤੇ ਡਰ ਪਾ ਦਿੱਤਾ ਉਹਨੇ ਮਾਪਿਆਂ ਨੇ ਕਿਉਂ ਨਾ ਪਾਣ ਮਾਪਿਆਂ ਨੂੰ ਹੱਕ ਆ ਉਹ ਕਹਿੰਦੀ ਆ ਵੀ ਸਾਡੇ ਸਾਡੇ ਪੁੱਤੋ ਨਾ ਦੀਪਾਂ ਹਨ ਨਾ ਬੁੱਝ ਜਾਣ ਇਹ ਪੇਪਰ ਛੱਡ ਕੇ ਆਇਆ ਅੱਜ ਮਹਿਜ 20 ਸਾਲ ਉਮਰਿਆ ਇਹ ਜਿੰਨਾ ਸਾਡੀ ਨੌਜਵਾਨ ਨੂੰ ਟਾਰਗੇਟ ਕਰਨਗੇ ਉੰਨੇ ਹੀ ਪੜ ਕੇ ਨੌਜਵਾਨੀ ਅੱਗੇ ਨਿਕਲੂਗੀ ਪੰਜਾਬ ਦਾ ਆਉਣ ਵਾਲਾ ਜਿਹੜਾ ਭਵਿੱਖ ਆ ਬਹੁਤ ਉਜਲਿਆ ਇਹ ਪਹਿਲੀ ਯਾਰ ਨਹੀਂ ਹੋ ਰਿਹਾ ਜ਼ੁਲਮ ਹੋ ਰਿਹਾ ਜਦੋਂ ਸੂਰਜ ਚੜ੍ਹਨਾ ਹੁੰਦਾ ਨਾ ਉਹ ਤੋਂ ਪਹਿਲਾਂ ਯੱਕਦਮ ਗਾੜਾ ਹਨੇਰਾ ਹੁੰਦਾ ਅੱਜ ਵੀ ਇਹੀ ਫੇਸ ਕਰ ਰਹੇ ਆ ਪਰ ਆ ਗੱਲ ਸਾਫ਼ ਆ ਇੱਕ ਠੋਕੇ ਕਾਂਗੇ ਜਦ ਤੱਕ ਜਿੰਦੇ ਰਾਂਗੇ ਵੀ ਮੂਰਖ ਨਾ ਬਣਾ ਲੋਕਾਂ ਨੂੰ ਜੋ ਕੁਝ ਬਾਕੀ ਵਧੀਆਂ ਕਰ ਰਿਹਾ ਉਹ ਤਾਂ ਦਿਖ ਰਿਹਾ ਜੋ ਖੰਨਵਟੇ ਵਾਲਾ ਰਵਈਆ ਇਹਦਾ ਦੇਖ ਰਿਹਾ ਜੇ ਜਿਹੜੀਆਂ ਜਥੇ ਬੰਦੀਆਂ ਵੀ ਨੇ ਜਿਹੜਾ ਕੋਈ ਵੀ ਕਿਉਂਕਿ ਕਾਲੀ ਦੇ ਵਿੱਚ ਮੀਟਿੰਗ ਹੋ ਕੇ ਹਟੀਆਂ ਬੜੀ ਵੱਡੀ ਉਹਨਾਂ ਨੂੰ ਚਾਹੀਦਾ ਸੀ ਉਸ ਮੀਟਿੰਗ ਦੇ ਵਿੱਚ ਇਸ ਨੌਜਵਾਨ ਬਾਰੇ ਪਤਾ ਹੁੰਦਾ ਮੀਟਿੰਗਸ ਮਹਿਜ਼ ਸਟੇਜਾਂ ਹੈਂਡਲ ਕਰਨ ਲਈ ਚੌਧਰਾਂ ਦੇ ਲਈ ਸਰੋਪੇ ਪਾਉਣ ਦੇ ਲਈ ਨਹੀਂ ਹੁੰਦੀਆਂ ਮੀਟਿੰਗਸ ਲੋਕਾਂ ਦਾ ਦਰਦ ਨੂੰ ਬਿਆਨ ਕਰਨ ਵਾਸਤੇ ਹੁੰਦੀਆਂ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਹੁੰਦੀਆਂ ਕੋਸ਼ਿਸ਼ ਕਰ ਰਹੇ ਆ ਪਤਾ ਨਹੀਂ ਕਿੱਥੇ ਤੱਕ ਜਾਵਾਂਗੇ ਪਰ ਆ ਜੋ ਕੁਝ ਵੀ ਕਰ ਰਹੇ ਆ ਜਿਸ ਤਰੀਕੇ ਨਾਲ ਮੂਰਖ ਬਣਾ ਰਹੇ ਆ ਜਿਹੜੇ ਮਰਜੀ ਰੈਂਕ ਦਾ ਆਫੀਸਰ ਹੈ ਲਖੀਮਪੁਰ ਖੀਰੀ ਦੀਵਾਰ ਆਯੂਸ਼ ਸੇਨਾ ਨਾ ਦਾ ਆਫੀਸਰ ਹੈ ਆ ਸਿੰਗਲ ਡਿਜੀਟ ਰੈਂਕ ਹੋਲਡਰ ਸੀਗਾ ਉਹ ਕਹਿ ਰਿਆ ਸੀ ਇਹਨਾਂ ਇਨਕੇ ਸਿਰ ਖੋਲ ਦੇਣਾ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੰਦੀ ਜੀ ਬਿਮਾਰੀ ਹੈ ਪਤਾ ਕਰਨਾ ਪੈਣਾ ਆ ਵੀ ਸੋਸ਼ੀਓਪੈਥ ਨੇ ਸਾਈਕੋਪੈਥ ਨੇ ਸਕੀਜ਼ੋਫ੍ਰੈਨਿਕ ਨੇ ਕੀਨੇ ਇਹ ਇਹ ਸਾਡੇ ਲੋਕਾਂ ਨਾਲ ਜਿਹੜਾ ਰਵਈਆ ਆ ਜਿਹੜਾ ਮਰਜੀ ਤਖਤੀ ਤੇ ਬੈਠਾ ਹੋਵੇ ਸਾਡੇ ਕੋਲ ਜਿਹੜਾ ਰਾਹ ਪੱਲਾ ਲੱਭੂਗਾ ਅਈ ਸਭ ਤੋਂ ਪਹਿਲਾ ਇਨਸਾਨ ਆ ਯਾਰ ਨਹੀਂ ਛੜ ਤੋਂ ਬਰਦਾਸ਼ਤ ਹੋ ਰਿਆ ਹੋਰ ਨੌਜਵਾਨੀ ਨਹੀਂ ਬਰਦਾਸ਼ਤ ਹੁੰਦੀ ਛੜ ਤੋਂ ਇਦਾਂ ਦੇਖੀ ਜਾਂਦੀ ਅੱਗੇ ਜਦੋਂ ਦੇਖਦੇ ਆ ਵੀ ਹਾਂ 10 20 ਸਾਲ ਟੱਪ ਗਏ ਆ ਸੋਹਣੇ ਸੋਹਣੇ ਮੁੰਡੇ ਆ ਗਏ ਰੰਗ ਬਰੰਗੀਆਂ ਪੱਗਾਂ ਬੰਦਿਆ ਦਿਮਾਲੇ ਸਜਾਉਂਦੇ ਆ ਇਹ ਸਾਡਾ ਇਹ ਪਲਾਨ ਵੇ ਦੇ ਨਾਲ ਕਰਨ ਲੱਗ ਜਾਂਦੇ ਆ ਕੰਬਦੇ ਆਣਾ ਫਿਰ ਤੁਸੀਂ ਉਂਗਲਾਂ ਦੇਖੋ ਉਸ ਨੌਜਵਾਨ ਦੀ ਆ ਭਾਈ ਜਗਤਾਰ ਸਿੰਘ ਹਵਾਰੇ ਤੋਂ ਮੈਂ ਸਿਗਨੇਚਰ ਲਏ ਆ ਮੈਂ ਉਦੋਂ ਵੀ ਇਹ ਹੀ ਦੇਖਿਆ ਹੁਣ ਵੀ ਕਿਸੇ ਉਹਦੇ ਨਾਲ ਕੰਪੇਅਰ ਕਰ ਰਿਹਾ ਜਿਹੜਾ ਬੈਠਾ ਉਹਦੇ ਤੇ ਮੈਂ ਤੁਹਾਨੂੰ ਪ੍ਰੋਪਰ ਡਾਟਾਸ ਦੇ ਦੇਣਾ ਮੈਂ ਸੱਚ ਬੋਲਣ ਦੀ ਹਿੰਮਤ ਰੱਖਦਾ ਤੁਸੀਂ ਦਿਖਾਉਣ ਦੀ ਹਿੰਮਤ ਰੱਖਿਆ ਜੇ 1995 ਦੇ ਵਿੱਚ ਜਿਹੜੀਆਂ ਰਿਪੋਰਟਸ ਆਈਆਂ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਦੇਖਿਆ ਜੇ ਇੱਕ ਉਸ ਵੇਲੇ ਆਪਾਂ ਜੋ ਕਹਿੰਨੇ ਆ ਜੇ ਤੁਸੀਂ ਸੱਚੀ ਸੁਣਨਾ ਚਾਹਦੇ ਉਹ ਤੋਂ ਬਾਅਦ ਸਾਡੇ ਯੂਥ ਦੇ ਇੰਕਾਊਂਟਰਸ ਫਿਰ ਬੰਦ ਹੋਗੇ ਜਦੋਂ ਆ ਹੀਲਿਆਂ ਦੇ ਨਾਲ ਰਾਹ ਨਹੀਂ ਲੱਭੂਗਾ ਕੀ ਕਰੂਗੀ ਨੌਜਵਾਨੀ ਨੌਜਵਾਨੀ ਦੇ ਕੋਲ ਇਸ ਵੇਲੇ ਇਸ ਹੱਦ ਤੱਕ ਟੈਲੈਂਟ ਆ ਉਹਨਾਂ ਦੀ એનર્ਜੀ ਚੈਨਲਾਈਜ਼ ਨਹੀਂ ਹੋ ਰਹੀ ਤੇ ਇੱਥੇ ਮੈਂ ਹਲੇ ਵੀ ਤੁਹਾਨੂੰ ਦੱਸਾਂ ਹਲੇ ਵੀ ਹੱਲ ਹੈਗੇ ਨੇ ਹਲੇ ਵੀ ਕੁਝ ਨਹੀਂ ਵਿਗੜਿਆ ਹਲੇ ਵੀ ਬਹੁਤ ਕੁਝ ਕੰਸਟਰਕਟਿਵ ਹੋ ਸਕਦਾ ਪਰ ਬਸ਼ਰਤ ਇਹ ਬੰਦੇ ਤਾਂ ਹੋਣ ਬਾਪੂ ਜੀ ਤੁਸੀਂ ਉਹ ਕਮੀਜ਼ ਹਲੇ ਤੱਕ ਸਾਂਭ ਕੇ ਰੱਖੀਏ ਜਿਸ ਕਰਨ ਦੀ ਜਿਹਦੇ ਚੋ ਸਰਾਖ ਹੋਇਆ ਗੋਲੀ ਆਰ ਪਾਰ ਹੋਈ ਆ ਕਿਉਂ ਸੰਭੀ ਹੋਈ ਆ ਤੁਸੀਂ ਤੁਹਾਨੂੰ ਵੇਖ ਕੇ ਘਬਰਾਟ ਨਹੀਂ ਹੁੰਦੀ ਉਹਨੂੰ ਕਮੀਨ ਘਬਰਾਟ ਕੇ ਇਹਦਾ ਅੰਦੋਲਨ ਕੀ ਨਿਸ਼ਾਨੀ ਰੱਖਾਂਗੇ ਨੋ ਲਗਨ ਨਿਸ਼ਾਨੀ ਆ ਵੀ ਮੇਰੇ ਪੁੱਤੇ ਗਾ ਗੋਲੀ ਲੱਗੀ ਆ ਇਹ ਸਬੂਤ ਰੱਖਾਂਗੇ ਇਹ ਇਹ ਸਾਰਾ ਨਾ ਇਹ ਲੀਗਲ ਸਬੂਤ ਵੀ ਹੈਗਾ ਸਭ ਕੁਝ ਆਂਦਾ ਹੈਗਾ ਜਦੋਂ ਫੋਰੈਂਸਿਕ ਜਾਂਚ ਹੁੰਦੀ ਹੈਗੀ ਇਹ ਕਿ ਉਹ ਜਿਹੜੀ ਗੋਲੀ ਲੰਗੀ ਆ ਵਿੱਚੋਂ ਉਹ ਕੁਝ ਨਾ ਕੁਝ ਹੈ ਹੋਇਆ ਆਪਣਾ ਪਿੱਛੇ ਛੱਡ ਕੇ ਗਈ ਹੋਣੀ ਹੈ ਕਿ ਵਾਕਈ ਗੋਲੀ ਕਿੰਨੇ ਐਮ ਐਮ ਦੀ ਸੀ ਕੀ ਸੀਗਾ ਕਿਹੜੇ ਰਿਵਾਲਵਰ ਚੋਂ ਪਿਸਟਲ ਚੋਂ ਕਿ ਕਿਹੜੀ ਸਾਲਟ ਚੋਂ ਚੱਲੀ ਹੋਏਗੀ ਪਰ ਮੈਂ इमोशनल ਤੌਰ ਤੇ ਪੁੱਛਦਾ ਪਿਆ ਜਜ਼ਬਾਤਾਂ ਦੇ ਤੌਰ ਤੇ ਦੁੱਖ ਤਾਂ ਦਿੰਦੀ ਆ ਨਾ ਹੁਸ਼ਰਦ ਦੁੱਖ ਤਾਂ ਦਿੰਦੀ ਆ ਜੀ ਸਾਨੂੰ ਤਾਂ ਇਹ ਨਹੀਂ ਪਤਾ ਲੱਗਾ ਕਿ ਕਿਹੜੀ ਰੌਂਦ ਤਾਂ ਕਿਹੜਾ ਵਿਚ ਨੂੰ ਨਿਕਲ ਕੇ ਲੰਘੀ ਸਾਨੂੰ ਕੋਈ ਪਤਾ ਨਹੀਂ ਲੱਗਾ ਕਿੱਥੋਂ ਆਈ ਹੈ ਕਿੱਧਰੋਂ ਆਈ ਹੈ ਸੋ ਦੋਸਤੋ ਇਹ ਹਾਲਾਤ ਨੇ ਔਰ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਔਰ ਇਹ ਪੰਜਾਬ ਦੇ ਹਾਲਾਤ ਵਿਗਾੜੇ ਕਿੰਨੇ ਨੇ ਇਹ ਵੱਡਾ ਸਵਾਲ ਹੈ ਔਰ ਇਸ ਸਵਾਲ ਦੇ ਜਵਾਬ ਤੁਹਾਡੇ ਸਾਹਮਣੇ ਆ ਇੱਕ ਪਾਸੇ ਹਰਿਆਣੇ ਦੀ ਸਟੇਟ ਦੇ ਜਿੰਨੇ ਵੀ ਮਸ਼ੀਨਰੀ ਹੈ ਜਿੰਨੇ ਵੀ ਉੱਚ ਅਧਿਕਾਰੀ ਹੈ ਉਹਨਾਂ ਦਾ ਜੋਰ ਲੱਗਾ ਹੋਇਆ ਹੈ ਕਿ ਕਿਤੇ ਪੰਜਾਬ ਦੇ ਨੌਜਵਾਨ ਬਾਰਡਰ ਟਾਪ ਕੇ ਦਿੱਲੀ ਨਾ ਚੱਲ ਜਾਣ ਇਸ ਕਰਕੇ ਉਹ ਕੀ ਕਰਦੇ ਪਏ ਆ ਉਹ ਇਸ ਕਰਕੇ ਗੋਲੀਆਂ ਤੱਕ ਚਲਾ ਰਹੇ ਆ ਪਰ ਇਹ ਮੁੰਡਾ ਜਿਉਂਦੀ ਮਿਸਾਲ ਹੈ ਤੁਹਾਡੇ ਸਾਹਮਣੇ ਸ਼ੁਭਕਰਨ ਵੀ ਇੱਕ ਮਿਸਾਲ ਹੈ ਲੇਕਿਨ ਸਾਡੀਆਂ ਜਥੇਬੰਦੀਆਂ ਕਿੱਥੇ ਆ ਸਾਡੀ ਸਰਕਾਰ ਕਿੱਥੇ ਆ ਉਹਨਾਂ ਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਹੈਗਾ ਕਿ ਮੁੰਡੇ ਤੇ ਗੋਲੀ ਵੱਜੀ ਆ ਔਰ ਆ ਕੇ ਦਾ ਪਤਾ ਲਿੱਤਾ ਜਾਵੇ ਦੇ ਕੋਲੋਂ ਪੁੱਛਿਆ ਜਾ ਸਕੇ ਕਿ ਉੱਥੇ ਹੋਇਆ ਕੀ ਸੀਗਾ ਪੁੱਠਾ ਸਬੂਤਾਂ ਦੇ ਨਾਲ ਛੇੜਛਾਲ ਸਬੂਤਾਂ ਨੂੰ ਖੁਰਦ-ਬੁਰਦ ਕਰ ਦੋ ਜੀ ਮਾਮਲਿਆਂ ਨੂੰ ਲਟਕਾ ਦਿਓ ਜੀ ਇਨਸਾਫ ਨਾ ਮਿਲੇ ਜੀ ਜਸਟਿਸ ਜਿਹੜਾ ਹੈਗਾ ਉਸ ਤੋਂ ਯਕੀਨ ਉੱਠ ਜੇ ਲੋਕਾਂ ਦਾ ਲੋਕ ਨਾ ਉਮੀਦ ਹੋ ਜਾਣ ਇਹ ਸਭ ਕੁਝ ਚੱਲਦਾ ਪਿਆ ਔਰ ਇਹ ਇੰਝ ਚੱਲੀ ਜਾਣਾ ਪਰ ਨਹੀਂ ਇਹ ਨਹੀਂ ਚੱਲੇਗਾ ਇੱਥੇ ਹੱਲੇ ਜਿਉਂਦੇ ਨੇ ਲੋਕ ਜੋ ਜ਼ਮੀਰਾ ਰੱਖਦੇ ਆ ਜੋ ਸਵਾਲ ਚੁੱਕਣ ਦੀ ਇੱਕ ਆਜ਼ਾਦੀ ਵੀ ਰੱਖਦੇ ਆ ਔਰ ਸਵਾਲ ਚੁੱਕਣ ਦੀ ਜੁਰਰਤ ਵੀ ਰੱਖਦੇ ਆ ਸਵਾਲ ਚੁੱਕੇ ਜਾਣਗੇ ਔਰ ਇਨਸਾਫ ਕਿੱਥੋਂ ਤੱਕ ਜਾ ਕੇ ਮਿਲੇਗਾ ਜਿਸ ਕਰਨ ਨੂੰ ਇਹ ਜੜਾਈ ਜਿਹੜੀ ਹੈਗੀ ਲੰਬੀ ਜ਼ਰੂਰ ਹੈ ਲੇਕਿਨ ਇਨਸਾਫ ਮਿਲੇਗਾ ਜ਼ਰੂਰ ਰਮਨੀਤ ਕੈਮਰਾ ਦੇ ਪਿੱਛੇ ਮੇਰਾ ਸਾਥ ਦੇ ਰਿਸੀ ਕਿ ਮੈ ਲੰਕੇਸ਼ ਤਖਾੜ ਅਡਰੈਸਡ ਦੇ ਲਈ ਮੁੰਡੇ ਦੇ ਗੋਲੀ ਵੱਜੀ ਹੋਵੇ ਔਰ ਜਦੋਂ ਹਸਪਤਾਲ ਉਹਨੂੰ ਐਂਬੂਲੈਂਸ ਲੈ ਕੇ ਜਾਂਦੀ ਹੈ ਤਾਂ ਤੁਸੀਂ ਡਾਕਟਰਾਂ ਦੀ ਨੈਗਲੀਜੈਂਸ ਵੇਖੋ ਜਿਹੜੇ ਉੱਥੇ ਮੌਕੇ ਤੇ ਸੀਗੇ ਕਿ ਉਹਨੂੰ ਐਂ ਹੀ ਛੱਡਤਾ ਟਾਂਕੇ ਲਾ ਕੇ ਉਹਨੂੰ ਘਰੇ ਭੇਜਤਾ ਇਹ ਤੱਕ ਨਹੀਂ ਦੇਖਿਆ ਗਿਆ ਉਹਨਾਂ ਦੇ ਵੱਲੋਂ ਕਿ ਇਹ ਕਿੰਨਾ ਕੁ ਸੀਰੀਅਸ ਕੇਸ ਹੈ ਔਰ ਅੱਗੇ ਜਾ ਕੇ ਇਹ ਕੀ ਤੋਂ ਕੀ ਬਣ ਸਕਦਾ ਕੀ ਹੋਇਆ ਹੀ ਜਿਸ ਕਾਰਨ ਹੋ ਤੋ ਜਦੋਂ ਤੁਹਾਨੂੰ ਪਹਿਲਾਂ ਉੱਥੇ ਲੈ ਕੇ ਗਏ ਆ ਔਰ ਜਾਂਦਿਆਂ ਸਿਰ ਉਹਨਾਂ ਨੇ ਤੁਹਾਨੂੰ ਤਵੱਜੋ ਦਿੱਤੀ ਜਾਂ ਤੁਸੀਂ ਉੱਥੇ ਭਟਕਦੇ ਰਹੇ ਹੋ ਜੀ ਉਹਨੇ ਉੱਥੇ ਬਿਠਾਇਆ ਜੀ ਟਾਂਕੇ ਲਾਏ ਮੇਰੀ ਬਾਹ ਤੇ ਜੀ ਟਿੱਕੇ ਟੂਕੇ ਲਾਏ ਜੀ ਉਹ ਫਿਰ ਉਹਨੇ ਘਰ ਭੇਤਾ ਹੀ ਫਿਰ ਮੈਂ ਅਗਲੇ ਦਿਨ ਮੇਰੀ ਬਾਹ ਚ ਦਰਦ ਹੋਇਆ ਜੀ ਬਹੁਤ ਹੀ ਨੂੰ ਮੈਂ ਅਗਲੇ ਦਿਨ ਐਡਮਿਟ ਹੋਇਆ ਜੀ ਉੱਥੇ ਆ ਗਈ ਉਹਨੇ ਦਫਰ ਦਾਖਲ ਕੀਤਾ ਹੀ ਉੱਥੇ ਹੀ ਨਹੀਂ ਜਦੋਂ ਤੁਸੀਂ ਉੱਥੇ ਗਏ ਹੋ ਤੁਸੀਂ ਦੇਖਿਆ ਕਿ ਤੁਹਾਡੇ ਕੋਈ ਚੀਜ਼ ਸੁਰਾਖ ਬਣਿਆ ਹੋਇਆ ਹੈ ਬਾਹ ਦੇ ਉੱਤੇ ਤੁਹਾਨੂੰ ਅੰਦਾਜ਼ਾ ਸੀਗਾ ਕਿ ਗੋਲੀ ਨਿਕਲੀ ਹੈ ਹਾਂ ਜੀ ਫਿਰ ਪਤਾ ਲੱਗਿਆ ਜਦੋਂ ਉੱਥੇ ਪੱਟੀ ਖੋਲੀ ਜੀ ਵੀ ਗੋਲੀ ਬੱਜੀ ਆਈ ਆਰ ਪਾਰ ਹੋਇਆ ਜੀ ਪਹਿਲਾਂ ਤਾਂ ਮੈਨੂੰ ਇੱਕੇ ਸਰਾਖ ਦਿਖਾਈ ਬਾਚੀ ਫਿਰ ਨੀਚਲਾ ਬਾਚ ਦਿਖਾਈ ਉੱਥੇ ਜਾ ਕੇ ਆਈ ਤੇ ਮਜ਼ਾਕ ਚੱਲਦਾ ਪਿਆ ਸੁੱਤੇ ਰਾਜੇ ਉਹ ਡਾਕੂਮੈਂਟ ਫੜਾ ਇਹਨੇ ਤੁਸੀਂ ਵੈਸੇ ਕਰ ਹੀ ਦਿਓ ਤੈਨੂੰ ਦਿਖਾ ਦਿੱਤਾ ਇੱਥੋਂ ਕਿਉਂਕਿ ਅਸੀਂ ਮੌਕੇ ਤੇ ਵੀਡੀਓ ਲੈ ਲਈ ਸੀਗੀ ਇੱਥੋਂ ਵਜੀ ਇੱਥੋਂ ਬਾਹਰ ਨਿਕਲ ਗਈ ਐਡਾ ਮੋਰਾ ਹੁੰਦਾ ਔਰ ਜਿਹੜੇ ਲੈਵਲ ਦਾ ਕਨਸਰਨ ਤੇ ਸੈਂਸਿਟੀਵਿਟੀ ਦਿਖਾਉਣੀ ਚਾਹੀਦੀ ਉਹ ਨਹੀਂ ਦਿਖਾਈ ਜਾ ਰਹੀ ਹੁਣ ਇਹਦੀਆਂ ਉਂਗਲਾਂ ਦੇ ਵਿੱਚ ਸੈਂਸੇਸ਼ਨਸ ਆਉਣੀਆਂ ਬੰਦ ਹੋ ਗਈਆਂ ਇਸ ਵੇਲੇ ਦੱਸ ਰਿਹਾ ਉਂਗਲਾਂ ਹਿਲ ਨਹੀਂ ਰਹੀਆਂ ਹੁਣ ਬਿਲਕੁਲ ਨਰਵਸ ਸਿਸਟਮ ਨੇ ਦਾ ਰਿਸਪੌਂਡ ਕਰਨਾ ਬੰਦ ਕਰ ਨਰਵਸ ਸਿਸਟਮ ਨੇ ਬੰਦ ਕਰਤਾ ਮਤਲਬ ਨਰਵਸ ਤੱਕ ਦੇ ਵਿੱਚ ਕਿ ਕਿੱਥੇ ਤੱਕ ਇੰਜਰੀ ਜਿਹੜੀ ਹੈ ਫੈਟਲ ਹੋਈ ਹੈ ਗਈ ਹੈ ਤੁਸੀਂ ਲਾ ਸਕਦੇ ਹੋ ਸਾਬ ਔਰ ਇਹ ਇੱਥੇ ਗੱਲ ਖਤਮ ਨਹੀਂ ਹੋਈ ਇਹ ਇੱਕ ਦੀ ਨਹੀਂ ਹੈ ਤੁਹਾਨੂੰ ਮੈਂ ਹੁਣ ਗੱਲ ਇਨੀ ਕਹਿ ਕੇ ਜਿਹੜਾ ਦੂਜਾ ਸਾਡਾ ਨੌਜਵਾਨ ਹੈ ਜਿਹਦੇ ਅਮਰਿਤਪਾਲ ਦੀ ਮੈਂ ਗੱਲ ਕਰ ਰਿਆ ਉਹ ਇਸ ਵੇਲੇ ਹੁਣ ਚਲਾ ਗਿਆ ਉਹ ਮਾਝੇ ਦੇ ਕਿਸੇ ਪਿੰਡ 'ਚ ਠੀਕ ਹੈ ਜੀ ਉਹ ਆਇਆ ਸੀ ਬੱਚਾ ਉਹਨੂੰ 17 18 ਜਿਹੜੀ ਆਪਾਂ ਨੂੰ 2019 20 ਕਿ ਉਹਨੂੰ ਐਮਐਲਏ ਰਿਪੋਰਟਸ ਹੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਦੇ ਵਿੱਚ ਇੰਨਾ ਸਟ੍ਰਿਕਟ ਜਿਹੜੇ ਨੋਟਸ ਹੈ ਨਹੀਂ ਲਿੱਤੇ ਜਾ ਰਹੇ ਇਹ ਉਹੀ ਮੈਂ ਦੁਬਾਰਾ ਕਹਿ ਦੇਣਾ ਚਾਹਨਾ ਹੈ ਕਿ ਮੈਂ ਕਿਤੇ ਇਹ ਨਾ ਸੋਚੋ ਕਿ ਇਦੇ ਚ ਕਸੂਰਵਾਰ ਸਿਰਫ ਹਰਿਆਣਾ ਸਟੇਟ ਐ ਜਾਂ ਉਹਨਾਂ ਦਾ ਪ੍ਰਸ਼ਾਸਨ ਐ ਜਾਂ ਉਹਨਾਂ ਦੇ ਉੱਚ ਅਧਿਕਾਰੀ ਐ ਜਾਂ ਪੁਲਿਸ ਆਫਸਰ ਐ ਇੱਥੇ ਦੱਸਣੀ ਚਾਹੁੰਦਾ ਇਹ ਸਾਡੇ ਕੋਲ ਵੂਂਡ ਅਸੀਂ ਕੈਪਚਰ ਕਰ ਲਿਆ ਹੈ ਨਾ ਇੱਥੇ ਮਾਰਕਰਸ ਵੀ ਅਸੀਂ ਲਾ ਕੇ ਦਾਂਗੇ ਦੇਖੋ ਇੱਥੋਂ ਵੱਜਿਆ ਇੱਥੇ ਤੱਕ ਆਹ ਮੋਰੀ ਦੇਖੋ ਠੀਕ ਹੈ ਹੁਣ ਇਹਦੇ ਉੱਤੇ ਨਾ ਨਾਰਮਲ ਪੱਟੀ ਜਦੋਂ ਵੀਡੀਓ ਭੇਜੀ ਕਿਤੇ ਮੈਨੂੰ ਗਲਤੀ ਨਾਲ ਹੈ ਨਾ ਇਹ ਜਦੋਂ ਇਹ ਤੁਹਾਨੂੰ ਇਹ ਵੀ ਮੈਂ ਹੁਣੇ ਸਬੂਤ ਦਿਖਾਉਣਾ ਬਾਅਦੋਂ ਖੁਰਦ-ਬੁਰਦ ਨਾ ਹੋ ਜਾਣ ਚੀਜ਼ਾਂ ਹੁਣ ਤੁਹਾਨੂੰ ਮੈਂ ਦਿਖਾਉਣਾ ਐਡੇ ਜ਼ਖਮ ਤੇ ਕਿਹੇ ਜੀ ਪੱਟੀ ਬੰਨੀ ਸਾਡੇ ਕੋਲ ਸਬੂਤ ਨੇ ਸਾਰੇ ਇਹ ਅੱਜ ਹੋਵੇ ਕੱਲ ਹੋਵੇ ਜਿਨੇ ਕਿਸੇ ਨੇ ਵੀ ਵਧੀਕੀ ਕਮਾਈ ਆ ਨਾ ਪੰਜਾਬ ਨਾਲ ਠੋਕਾਂਗੇ ਪੂਰਾ ਜਿੱਥੇ ਤੱਕ ਰੂਲ ਆਫ ਲਾਅ ਦੀਆਂ ਜਿੱਥੇ ਧੱਜੀਆਂ ਉਟੀਆਂ ਆ ਦੇਖੋ ਐਨੀ ਕੁ ਪੱਟੀ ਕਰਤੀ ਪਤਾ ਲੱਗ ਰਿਹਾ ਕੀ ਜ਼ਖਮ ਹੈ ਦੇਖ ਲਓ ਆ ਪੱਟੀ ਕਰਕੇ ਤੋੜਤਾ ਇਹਨੂੰ ਇਕਨਾਂ ਮੈਂ ਦਰਦ ਨਾਲ ਕਰਾਂਦਾ ਰਿਹਾ ਵੀ ਮੇਰੇ ਬਹੁਤ ਜ਼ਿਆਦਾ ਦਰਦ ਹੋਈ। ਬਾਕੀ ਤੁਹਾਡੇ ਸਾਹਮਣੇ ਬੈਠੇ ਨੇ। ਬਾਬਾ ਸਾਹਮਣੇ ਐ, ਪੁੱਤ ਸਾਹਮਣੇ ਐ, ਤੁਸੀਂ ਰਿਪੋਰਟਸ ਦੇ। ਬਾਬੂ ਜੀ ਆ ਕੀ ਹੱਥ 'ਚ ਤੁਹਾਡੇ? ਇਹ ਜੀ ਜਿੰਦਰਾ ਹਸਪਤਾਲ ਦਾ ਕਾਰਡ ਐ, ਡਾਕਟਰ ਨੇ ਲਿਖਿਆ ਮੋਹਰ ਲਾ ਕੇ ਦੇਈ ਵੀ ਦਵਾਈ ਅੰਦਰੋਂ ਲੈ ਲਿਓ। ਸਾਨੂੰ ਅੰਦਰ ਦਵਾਈ ਨਹੀਂ ਦਿੱਤੀ, ਅਸੀਂ ਬਾਹਰ ਬਾਜ਼ਾਰ ਦੇ 800 ਰੁਪਏ ਕੀ ਦਵਾਈ ਲਈ ਐ। ਹੋ ਕਾ ਵੀ ਪੈਸੇ ਲੱਗਣਗੇ। ਪੈਸੇ ਲੱਗਣਗੇ। ਅਸੀਂ ਕਿ ਆ ਵੀ ਪੈਸੇ ਲਾਵੇਂ ਅਸੀਂ ਬਾਹਰ ਦੇ ਲੈ ਲਿਆ ਅੰਦਰ ਦਵਾਈ ਨਹੀਂ ਦਿੱਤੀ। ਔਰ ਇੱਥੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਪਏ ਹੈਗੇ ਆ ਕਿ ਅੱਖਾਂ ਦੇ ਸਪੈਸ਼ਲਿਸਟ ਅਸੀਂ ਕਿਤੇ ਪਟਿਆਲੇ ਰੱਖਤੇ ਆ ਪਰਮਾਨੈਂਟ ਐਂਬੂਲੈਂਸ ਦੀਆਂ ਸਰਵਿਸਿਜ਼ ਦੇ ਦਿੱਤੀਆਂ ਆ ਮੁੱਖ ਮੰਤਰੀ ਸਾਹਿਬ ਆ ਹਾਲ ਨੇ ਆ ਗੁਜ਼ਾਰਸ਼ ਕਰਦੇ ਪਏ ਆ ਤੁਹਾਨੂੰ ਤੁਹਾਨੂੰ ਦੱਸਦੇ ਪਏ ਆ ਕਿ ਇਹ ਹਾਲ ਆ ਤੁਸੀਂ ਉੱਚੇ ਲੈਵਲ ਤੇ ਬੈਠੇ ਹੋਏ ਹੋ ਸ਼ਾਇਦ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਪਹੁੰਚਦੀ ਪਈ ਹੈ ਮੈਂ ਇੱਕ ਗੱਲ ਵਿੱਚ ਕਹਿਣੀ ਚਾਹੂੰਗਾ ਜਦੋਂ ਉਹਨੇ ਪੀਸੀ ਲਾਈਵ ਕੀਤੀ ਹੈ ਸੀਐਮ ਨੇ ਉਹਦਾ ਬਲੱਡ ਟੈਸਟ ਕਰਾਇਆ ਜਾਵੇ ਚੈੱਕ ਕਰਾਇਆ ਜਾਵੇ ਉਹਦੇ ਵਿੱਚ ਕਿੰਨੀ ਕੈਲਕੋਹਲ ਬੋਲਦੀ ਹੈ ਮੈਂ ਸ਼ਰਮ ਕਹਿਣਾ ਮੀਡੀਆ ਦੇ ਵਿੱਚ ਉਹਦੇ ਦਿਮਾਗ ਦਾ ਟੈਸਟ ਕਰਾਇਆ ਜਾਵੇ ਕਿੱਡਾ ਕੋਹਸ ਚ ਜੇ ਹੋਸ਼ ਚ ਰਹਿ ਕੇ ਪੰਜਾਬ ਦੀ ਨੌਜਵਾਨੀ ਨਾਲ ਕੁਝ ਬਰਦਾਸ਼ਤ ਕਰ ਰਿਹਾ ਜੇ ਬਿਨਾਂ ਸ਼ਰਾਬ ਦੇ ਨਸ਼ੇ ਦਾ ਦਿਮਾਗ ਦੇ ਕਿਸੇ ਨੁਕਸ ਦੇ ਪੰਜਾਬ ਦੀ ਨੌਜਵਾਨੀ ਨਾਲ ਆ ਬਰਦਾਸ਼ਤ ਕਰ ਰਿਹਾ ਤਾਂ ਮੈਂ ਕਹਿਣਾ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਜਿਹਾ ਸੀ ਆ ਔਰ ਇਹ ਗੁੱਸਾ ਇਹ ਰੋਸ ਹੈ ਇਹ ਪਰਿਵਾਰ ਦਾ ਰੋਸ ਹੈ ਅੱਜ ਇਹ ਗੁੱਸਾ ਇਸ ਕਰਕੇ ਨਿਕਲਦਾ ਪਿਆ ਕਿਉਂਕਿ ਉਹ ਅੱਗੇ ਦੀ ਜਾ ਕੇ ਸੋਚਦੇ ਪਏ ਆ ਕੱਲ ਨੂੰ ਇਹਦੇ ਗੋਲੀ ਯਾਰ ਮੁੰਡੇ ਦੇ ਕਿਤੇ ਹੋਰ ਵੱਜ ਜਾਂਦੀ ਇੱਥੇ 70 ਵਿੱਚ ਜਾਣੇ ਸੀਗੇ ਜਿੱਥੇ ਉਹਦੇ ਘਰੇ ਸ਼ੁਭ ਕਰਨ ਦੇ ਤੁਹਾਡੇ ਹਾਲ-ਵਹਿਲੋ ਕੀ ਹੋਇਆ ਪਿਆ ਸਾਰਾ ਪੰਜਾਬ ਰੋਂਦਾ ਪਿਆ ਹਰ ਪੰਜਾਬ ਕੀ ਜਿੱਥੇ-ਜਿੱਥੇ ਤੱਕ ਜਿਹੜੇ ਹਮਦਰਦੀ ਬੈਠੇ ਹੋਏ ਆ ਪੰਜਾਬ ਦੇ ਬਾਹਰ ਦੇਸ਼ਾਂ 'ਚ ਵਿਦੇਸ਼ਾਂ 'ਚ ਉਹ ਸਾਰੇ ਰੋਂਦੇ ਪਏ ਆ ਇਸ ਟਾਈਮ ਇਹ ਹਾਲ ਹੋਏ ਪਏ ਆ ਪੰਜਾਬ ਦੇ ਔਰ ਇਹ ਵਾਰ-ਵਾਰ ਰੋ ਰੋ ਕੇ ਸਾਨੂੰ ਦੱਸਣਾ ਪੈਂਦਾ ਆਵਾਜ਼ ਉੱਚੀ ਕਰ ਕਰਕੇ ਵੋਲਿਊਮ ਚੁੱਕ ਚੁੱਕ ਕੇ ਕਠੋਰ ਸ਼ਬਦਾਂ ਨੂੰ ਵਰਤ ਕੇ ਫਿਰ ਤੁਹਾਨੂੰ ਦੱਸਣਾ ਪੈਂਦਾ ਕਿ ਇਹ ਹਾਲ ਨੇ ਇਹਨਾਂ ਨੂੰ ਸੁਧਾਰ ਲਓ ਨਹੀਂ ਤਾਂ ਫਿਰ ਮੁੰਡੇ ਮਰਵਾ ਦਿਓ ਸਾਡੇ ਮਰਵਾ ਦਿਓ ਮੁੰਡੇ ਤੁਸੀਂ ਵਾਰ-ਵਾਰ ਇੱਕ ਗੱਲ ਕਹਿੰਦੇ ਹੋ ਗੁਰਮੋਹਨ ਜੀ ਕਿ ਸਰਕਾਰ ਦੇ ਵਿੱਚ ਕੁਝ ਇਹੋ ਜਿਹੇ ਲੋਕ ਵੀ ਬੈਠੇ ਹੋਏ ਆ ਜਿਹੜੇ ਲੜਾਈ ਲੜ ਸਕਦੇ ਆ ਇਹ جنگ ਦੇ ਵਿੱਚ ਉਤਰ ਸਕਦੇ ਜਦੋਂ ਤੁਸੀਂ ਇਹ ਗੱਲ ਕਹਿੰਨੇ ਪਿਓ ਤਾਂ ਤੁਹਾਡੇ ਕੋਲ ਹੈਗਾ ਕੋਈ ਮਤਲਬ ਦੇਖਦੇ ਹਾਂ ਕਿਸੇ ਦੇ ਵਿੱਚ ਉਹ ਅਕਸ ਹੈਗਾ ਵਾ ਨਜ਼ਰ ਆਂਦਾ ਹੈ ਕਿ ਹਾਂ ਵੀ ਕੋਈ ਜਿਹੜਾ ਕਿ ਅੱਗੇ ਆ ਕੇ ਲੜੇ ਦੇਖੋ ਕੰਪੈਟੀਬਿਲਟੀ ਦੀ ਗੱਲ ਹੈ ਮੌਜੂਦਾ ਜਿਹੜਾ ਪੰਜਾਬ ਸਰਕਾਰ ਦਾ ਏਜੀ ਹੈ ਬਹੁਤ ਕੰਪੈਟੀਬਲ ਐਡਵੋਕੇਟ ਹੈ ਜ਼ਹੀਨ ਐਡਵੋਕੇਟ ਹੈ ਸਰਵਿਸ ਮੈਟਰਸ ਮੈਂ ਪੜਦਾ ਰਿਆਂ ਕੇਸਿਸ ਦੇਖਦਾ ਰਿਆਂ ਪਿੱਛੋਂ ਦੀ ਇੱਕ ਸ਼ੀਲਡ ਚਾਹੀਦੀ ਹੁੰਦੀ ਹੈ ਵੀ ਇਹ ਕੰਮ ਕਰਨਾ ਹੈ ਮੈਂ बार-बार ਉਹ ਚੀਜ਼ ਜੋ ਤانوں ਸਮਝਾਣੀ ਚਾ ਰਿਹਾ ਆ ਪਿੱਛੋਂ ਦੀ ਇੱਕ ਫੀਡਬੈਕ ਚਾਹੀਦੀ ਹੁੰਦੀ ਆ ਇੱਕ ਪੋਲੀਟੀਕਲ ਵਿਲ ਚਾਹੀਦੀ ਹੁੰਦੀ ਆ ਆਫੀਸਰਸ ਜਿਹੜੇ ਚੱਜਦੇ ਨੇ ਇੱਥੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੁਸੀਂ ਦੱਸੋ ਤੁਸੀਂ ਇਹ ਗੱਲ ਖੜੇ ਹੋ ਕੇ ਪਲੇਟਫਾਰਮ ਤੇ ਦੇਖੋਗੇ ਤੁਸੀਂ ਪੰਜਾਬ ਦੇ ਤੁਸੀਂ ਖੁਦ ਮਹਿਸੂਸ ਕਰ ਲਓਗੇ ਜਿਹੜਾ ਬੰਦਾ ਕੋਈ ਰੰਚਕ ਮਾਤਰ ਵੀ ਪੰਜਾਬ ਨੂੰ ਪ੍ਰੇਮ ਕਰਦਾ ਨਾ ਉਹ ਕਈਆਂ ਦਾ ਡਾਇਲੋਗ ਬੋਲ ਕੇ ਜਿਹਦਾ ਸ਼ੋਅ ਦੇ ਵਿੱਚ ਮੈਂ ਹੋਰ ਸ਼ੁਭ ਕਰਨ ਨਹੀਂ ਬਣਨ ਦੇਣੇ ਇੱਕ ਵੀ ਕਿਉਂ ਬਣਨ ਦਿੱਤਾ ਮੈਂ ਕੁਰਸੀ ਨੂੰ ਲੱਤ ਮਾਰਾਂਗਾ ਮਾਰ ਫਿਰ ਲੱਤ ਬਾਰ ਬਾਰ ਨਿਕਲਦਾ ਇਸ ਲਈ ਐ ਵੀ ਕਿੱਡੀ ਤੂੰ ਉੱਥੇ ਬਚਕਾਨੀ ਬਿਆਨਬਾਜ਼ੀ ਕਰ ਰਿਆ ਤੂੰ ਕੁਰਸੀ ਦੀਆਂ ਗੱਲਾਂ ਉੱਥੇ ਵੀ ਕੁਰਸੀ ਨੂੰ ਕਿਉਂ ਸ਼ੇਅਰ ਕਰ ਰਿਆ ਸਿੱਧਾ ਕਹੇ ਮੈਂ ਐਕਸ਼ਨ ਲੈਣਾ ਆ ਇੱਥੇ ਮੈਂ ਮੀਟਿੰਗ ਰੱਖੀ ਆ ਹੱਥ ਜੋੜ ਕੇ ਮੇਰੇ ਨਾਲ ਨੌਜਵਾਨ ਖੜੋ ਮੇਰੇ ਨਾਲ ਵਕੀਲ ਖੜੋ ਮੇਰੇ ਨਾਲ ਡਾਕਟਰ ਖੜੋ ਜਿਹੜੇ ਉੱਥੇ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਜਿਹੜੇ ਸੇਵਾ ਕਰ ਰਹੇ ਆ ਨਾ ਡਾਕਟਰੀ ਉਹਨਾਂ ਦੇ ਟਾਇਰ ਸ਼ੈਲ ਵੱਜੇ ਆ ਉਹਨਾਂ ਦੇ ਸਮਾਨ ਭੰਨ ਤੋੜ ਕੇ ਲੈ ਗਏ ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਐਨਆਈ ਦੇ ਕੈਮਰੇ ਵਾਲੇ ਬਾਅਦ ਚ ਪਤਾ ਨਹੀਂ ਸਕਰੀਨ ਤੇ ਮੰਨਣਾ ਨਾ ਮੰਨਣੋ ਕਹਿੰਦੇ ਸਾਡੇ ਕੈਮਰੇ ਭੰਨਤੇ ਉਹਨਾਂ ਨੇ ਐਨਆਈ ਕੀ ਐ ਆਰਟੀਕਲ 19 ਕਿੱਥੇ ਖੜ ਗਿਆ ਫਿਰ ਕਿੱਥੇ ਰਹਿ ਗਈ ਸਪੀਚ ਐਂਡ ਐਕਸਪ੍ਰੈਸ਼ਨ ਮੀਡੀਆ ਦੀਆਂ ਰਾਈਟਸ ਕਿੱਥੇ ਗਈਆਂ ਗੱਲ ਸਿਰਫ ਇਹ ਹੁੰਦੀ ਐ ਸਾਰੇ ਵਾਸਤੇ ਇੱਕ ਨੇਕ ਦਲੀ ਚਾਹੀਦੀ ਐ ਔਰ ਸੋਖੀ ਜੀ ਗੱਲ ਐ ਮੈਂ ਤੁਹਾਨੂੰ ਸਾਫ਼ ਕਹਿੰਨਾ ਪਾਣੀ ਚਾਹੀਦਾ ਗਾਟ ਸੱਚ ਹੀ ਦੇ ਨੇ ਜੇ ਹੈਗੇ ਆ ਠੀਕ ਹੈ ਨਹੀਂ ਤਾਂ ਆ ਕੁਰਸੀ ਕੀ ਕੁਰਸੀ ਦੀ ਤਾਂ ਗੱਲ ਹੀ ਨਹੀਂ ਹੈਗੀ ਇੱਥੇ ਇੱਥੇ ਗੱਲ ਹੈ ਸਟੈਂਸ ਦੀ ਸਟਾਂਡ ਦੀ ਡੀਜੀਪੀ ਨੂੰ ਲੈਟਰ ਭੇਜੀ ਆ ਹੁਣ ਤੱਕ ਜੇ ਜਾਗਦਾ ਜੇ ਨੀਰੋ ਵਾਂਗ ਬੰਸਰੀ ਨਹੀਂ ਵਜਾ ਰਿਹਾ ਜਦੋਂ ਜੰਗਲ 'ਚ ਅੱਗ ਲੱਗੀ ਆ ਸ਼ਹਿਰ ਫੁਕਿਆ ਗਿਆ ਇਹ ਵੀਡੀਓ ਇਹਦੇ ਤੱਕ ਪਹੁੰਚ ਗਈ ਹੋਊਗੀ ਤੇ ਜੇ ਦੋ ਘਟ ਵੱਧ ਵੀ ਪੀਤੇ ਗਏ ਤਾਂ ਇੰਨੀ ਕੁ ਵੀਡੀਓ ਅਸਰਦਾਰ ਹੈਗੀ ਵੀ ਇਹਦੀ ਲੱਥ ਗਈ ਹੋਊਗੀ ਪੀਤੀ ਹੋਈ ਤੇ ਲਵ ਸਟੈਂਡ ਹਜ਼ੂਰਤ ਮੈਂ ਤੁਹਾਡਾ ਆਪਣਾ ਕਾਸਦ ਲੰਕੇਸ਼ ਤਰਖਾ ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ ਫੈਕਟਸ ਤੇ ਡੀਪ ਅਨਾਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾ ਦਿਓ ਤੇ ਜੇ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ ਜੇ ਤੁਸੀਂ ਸਾਡੇ ਚੈਨਲ ਨੂੰ WhatsApp ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਖੋਲੋ ਉਥੇ ਅਪਡੇਟਸ ਤੇ ਜਾਓ ਸਾਡੇ ਚੈਨਲ ਐਡਰੈਸ ਇੱਥ ਨੂੰ ਉਥੇ ਸਰਚ ਕਰੋ ਤੇ ਸਾਡੇ ਚੈਨਲ ਨੂੰ ਉਥੇ ਤੁਸੀਂ ਐਡ ਆਨ ਕਰ ਸਕਦੇ ਹੋ